ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਅੱਜ ਅਸੀਂ ਗੱਲ ਕਰਾਂਗੇ ਕਿ ਅਮਰੀਕਾ ਦਾ ਜਿਹੜਾ ਹੈ ਟਰੈਵਲਰ ਵੀਜ਼ਾ ਜਾਂ ਇਹ ਕਹ ਲੋ ਕਿ ਅਮਰੀਕਾ ਦਾ ਘੁੰਮਣ ਘਮਾਉਣ ਵਾਲਾ ਵੀਜ਼ਾ ਤੁਹਾਨੂੰ ਕਿਵੇਂ ਮਿਲ ਸਕਦਾ ਹੈ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਮਾਹਿਰ ਇਸ ਵਿਸ਼ੇ ਦੇ ਉੱਤੇ ਅਰਵਿੰਦਰਪਾਲ ਸਿੰਘ ਜੀ ਜੋ ਕਿ ਰਾਇਲ ਟਰੈਵਲਰ ਤੋਂ ਔਰ 21 ਸਾਲ ਹੋ ਗਏ ਨੇ ਇਸ ਫੀਲਡ ਦੇ ਵਿੱਚ ਡੀਲ ਕਰ ਰਹੇ ਨੇ ਤੇ ਗੱਲਬਾਤ ਕਰਦੇ ਹਾਂ ਕਿ ਕਿਉਂ ਨਹੀਂ ਮਿਲ ਰਿਹਾ ਜਾਂ ਫਿਰ ਕਿਵੇਂ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਤੇ ਘੱਟ ਟਾਈਮ ਦੇ ਵਿੱਚ ਸਾਨੂੰ ਜਿਹੜਾ ਹੈ ਟਰੈਵਲ ਵੀਜ਼ਾ ਮਿਲ ਸਕਦਾ ਹੈ ਅਰਵਿੰਦਰ ਜੀ ਤੁਹਾਡਾ ਸਵਾਗਤ ਹੈ ਬਹੁਤ ਸ਼ੁਕਰੀਆ ਖੈਰਾਬ ਸਾਹਿਬ ਅੱਛਾ ਜਦੋਂ ਅਸੀਂ ਵੀਜ਼ਾ ਦੀ ਗੱਲ ਕਰਦੇ ਹਾਂ ਸਪੈਸ਼ਲੀ ਯੂਐਸਏ ਵਰਗਾ ਜਿਹਨੂੰ ਅਸੀਂ ਦੁਨੀਆ ਦਾ ਸਰਪੰਚ ਕਹਿੰਦੇ ਆ ਉਹ ਵੱਡਾ ਮੁਲਕ ਜਿੱਥੇ ਹਰ ਕੋਈ ਜਿਹੜਾ ਹੈ ਖੁਆਇਸ਼ ਰੱਖਦਾ ਹੈ ਅੱਛਾ ਫਿਰ ਟਰੈਵਲ ਵੀਜ਼ੇ ਦੀ ਜੇ ਅਪਾ ਗੱਲ ਕਰਦੇ ਆ ਤੇ ਕੀ ਕਿਵੇਂ ਜਿਹੜਾ ਹੈ ਈਜ਼ੀ ਟਰੈਵਲ ਵੀਜ਼ਾ ਜਿਹੜਾ ਹੈ ਮਿਲ ਸਕਦਾ ਹੈ ਖੈਰਾ ਸਾਹਿਬ ਬੇਸਿਕਲੀ ਜਦੋਂ ਵੀ ਅਸੀਂ ਟੂਰਿਜ਼ਮ ਦੀ ਗੱਲ ਕਰਦੇ ਹਾਲੀਡੇ ਦੀ ਗੱਲ ਕਰਦੇ ਆ ਔਰ ਟੂਰਿਜ਼ਮ ਉਹ ਫੈਕਟਰ ਆ ਜਿਹੜਾ ਕਿਸੇ ਵੀ ਮੁਲਕ ਦੀ ਇਕਨੋਮੀ ਨੂੰ ਬਦਲਣ ਦਾ ਜਾਂ ਗਰੋ ਕਰਨ ਦਾ ਮਾਦਾ ਰੱਖਦਾ ਹੈ ਜੀ ਔਰ ਬਹੁਤ ਸਾਰੇ ਮੁਲਕ ਜਿਹੜੇ ਜਿਨ੍ਹਾਂ ਨੂੰ ਦੁਨੀਆ 'ਚ ਜਾਣਦਾ ਕੋਈ ਨਹੀਂ ਸੀ ਸਿਰਫ ਟੂਰਿਜ਼ਮ ਨੇ ਚਮਕਾ ਦਿੱਤੇ ਇਟਲੀ ਦੀ ਗੱਲ ਕਰ ਸਕਦੇ ਹਾਂ ਬਹੁਤ ਸਾਰੇ ਮੁਲਕ ਨੇ ਮਤਲਬ ਤੁਸੀਂ ਸਾਊਥ ਏਸ਼ੀਆ ਦੇ ਕੰਟਰੀਜ਼ ਵੇਖ ਲਓ ਤੁਸੀਂ ਗਲਫ ਕੰਟਰੀਜ਼ ਵੇਖ ਲਓ ਤੁਸੀਂ ਦੋਹਾ ਕਤਨ ਵੇਖੋ ਦੁਬਈ ਨੂੰ ਵੇਖੋ ਦੁਬਈ ਕਿਸੇ ਟਾਈਮ ਦੇ ਉੱਪਰ ਸਾਰੀ ਦੀ ਸਾਰੀ ਜਿਹੜੀ ਤੇਲ ਦੀ ਕਮਾਈ ਸੀ ਤੇਲ ਦੀ ਕਮਾਈ ਸੀ ਹੁਣ ਟੂਰਿਜ਼ਮ ਦੀ ਕਮਾਈ ਆ ਸੋ ਤੇਲ ਆਉਣ ਵਾਲੇ ਸਮੇਂ 'ਚ ਖਤਮ ਹੋ ਸਕਦਾ ਪਰ ਟੂਰਿਜ਼ਮ ਹਮੇਸ਼ਾ ਗਰੋ ਕਰਨਾ ਹੈ ਗਰੋ ਕਰਦਾ ਹੈ ਸੋ ਇਹ ਬਹੁਤ ਵੱਡਾ ਫੈਕਟਰ ਆ ਔਰ ਇਹ ਕਿਸੇ ਵੀ ਮੁਲਕ ਨੂੰ ਬਿਲਕੁਲ ਉਹਦੇ ਕਾਇਆ ਪਲਟ ਕਰ ਸਕਦਾ ਜੀ ਟੂਰਿਸਟ ਵੀਜ਼ਾਸ ਅ ਅਮਰੀਕਾ ਦੀ ਆਪਾਂ ਉਹਨੂੰ ਕੰਟੀਨਿਊ ਕਰਦੇ ਹਾਂ ਬਟ ਉਸ ਤੋਂ ਪਹਿਲਾਂ ਮੈਂ ਥੋੜਾ ਸੰਖੇਪ ਚ ਦੱਸ ਦਿੰਦਾ ਕਿ ਟੂਰਿਜ਼ਮ ਦਾ ਬੇਸਿਕਲੀ ਮਤਲਬ ਕੀ ਆ ਸ਼ੈਰ ਸਪਟਾ ਔਰ ਉਹਦੇ ਚ ਵੇਖਿਆ ਇਹ ਜਾਂਦਾ ਕਿ ਜਦੋਂ ਤੁਸੀਂ ਕਿਸੇ ਮੁਲਕ ਤੋਂ ਰੁਪਈਆ ਚੱਕਦੇ ਹੋ ਜੀ ਦੂਸਰੇ ਮੁਲਕ ਆ ਕੇ ਖਰਚਦੇ ਹੋ ਇਹ ਇੱਕ ਤਰੀਕੇ ਨਾਲ ਮਨੀ ਡਰੇਨ ਆ ਮਨੀ ਡਰੇਨ ਔਰ ਜੇ ਜਦੋਂ ਤੁਸੀਂ ਜੇ ਨੂੰ ਛੋਟੇ ਸੰਦਰਭ ਚ ਸਮਝਣਾ ਤੇ ਤੁਸੀਂ ਇਹ ਸੋਚੋ ਕਿ ਅਗਰ ਤੁਸੀਂ ਧਿਆਨ ਨਾਲ ਸੋਚੋ ਕਿ Shimla ਦੇ ਲੋਕਾਂ ਦੀ ਆਮਦਨ ਕਿੱਥੋਂ ਆਉਂਦੀ ਆ ਬਿਲਕੁਲ ਸੋ Shimla ਦੇ ਲੋਕਾਂ ਦੀ ਆਮਦਨ ਉਹ ਆ ਕਿ ਅਗਰ ਤੁਸੀਂ 10-2000 ਰੁਪਇਆ ਜੇਬ ਵਿੱਚ ਪਾਇਆ ਤੁਸੀਂ Shimla ਪਹੁੰਚੇ ਜੀ ਤੁਸੀਂ ਸਾਰੇ ਪੈਸੇ ਉੱਥੇ ਤਦ ਤੱਕ ਖਰਚਣੇ ਜਦ ਤੱਕ ਤੁਹਾਡੇ ਕੋ ਕੱਲਾ ਆਉਣ ਦਾ ਕਰਾਇਆ ਨਹੀਂ ਬਾਰਦਾ ਸੋ ਬਿਕੋਜ਼ ਸਾਨੂੰ ਹੁੰਦਾ ਵੀ ਆਏ ਆ ਚੱਲ ਹੁਣ ਆ ਵੀ ਕਰ ਜੀਏ ਦਾ ਵੀ ਕਰ ਜੀਏ ਸੋ ਉਹ ਜਿਹੜਾ 10-2000 ਰੁਪਇਆ ਤੁਹਾਡੀ ਜੇਬ ਚੋਂ ਨਿਕਲਿਆ ਉਹ ਤੁਸੀਂ ਹੋਟਲ ਨੂੰ ਦਿੱਤਾ ਜਾਂ ਕਿਸੇ ਰੇੜੀ ਵਾਲੇ ਨੂੰ ਦਿੱਤਾ ਉਹ ਉਹਦੀ ਕਮਾਈ ਦਾ ਹਿੱਸਾ ਹੋ ਗਿਆ ਕਿਤੇ ਨਾ ਕਿਤੇ ਉਹਨਾਂ ਦੀ ਇਕਨੋਮੀ ਚ ਆ ਗਿਆ ਲੇਵਲ ਚ ਆ ਗਿਆ बिकॉज़ ਉਹਦੇ ਨਾਲ ਹੀ ਉਹਨੇ ਗਾਂ ਤੋਂ ਗਾਂ ਸਾਰੇ ਜਿਹਨੂੰ ਕਹਿੰਦੇ ਨੇ ਨਾ ਜਿੱਦਾਂ ਸਾਡੇ ਖੇਤੀਬਾੜੀ ਮੁੱਖ ਧੰਦਾ ਇੱਥੋਂ ਪੈਸਾ ਆਇਆ ਤਾਂ ਸਾਰਿਆਂ ਪਾਸੇ ਜਾਂਦਾ ਸੋ ਉਦਾਂ ਹੀ ਟੂਰਿਜ਼ਮ ਦਾ ਪੈਸਾ ਜਦੋਂ ਉੱਥੇ ਪਹੁੰਚਦਾ ਆ ਉਹਦੀ ਵੰਡ ਲੋਕਲ ਲੋਕਾਂ 'ਚ ਹੋਣੀ ਆ ਜੀ ਸੋ ਉਹਦੀ ਵੈਲਥ ਡਿਸਟ੍ਰਿਬਿਊਸ਼ਨ ਆ ਔਰ ਇਹ ਬਹੁਤ ਵੱਡਾ ਫੈਕਟਰ ਆ ਕਿ ਜਦੋਂ ਤੁਸੀਂ ਸੋਚੋਗੇ ਅਸੀਂ ਇੱਕ ਬੰਦੇ ਦੀ ਗੱਲ ਕਰਦੇ ਆ ਇੰਨੇ ਪੈਸਿਆਂ ਦੀ ਜੇ ਉਹਨੂੰ ਲੱਖਾਂ ਗੁਣਾ ਕਰਾਂਗੇ ਜੋਨ 10 ਲੱਖ ਨਾਲ ਗੁਣਾ ਕਰਾਂਗੇ ਬਿਲਕੁਲ ਸੋ ਜੇਕਰ ਜਦੋਂ ਇਹ ਗੁਣਾ ਹੁੰਦੀ ਮਲਟੀਪਲਾਇਰ ਫੈਕਟਰ ਬਹੁਤ ਤਕੜਾ ਆ ਸੋ ਅਲਟੀਮੇਟਲੀ ਕੋਈ ਵੀ ਮਲਕ ਇਹ ਵੇਖਦਾ ਕਿ ਜਦੋਂ ਤੁਸੀਂ ਇੱਥੋਂ سرمਾਇਆ ਚੱਕਿਆ ਇਹ ਜਾ ਕੇ ਉੱਥੇ ਢੇਰੀ ਕਰਤਾ ਓਕੇ ਜੇ ਇਹ ਲੌਜੀਕ ਨੂੰ ਫੋਲੋ ਕੀਤਾ ਜਾਂਦਾ ਤਾਂ ਉਹ ਟੂਰਿਜ਼ਮ ਦਾ ਵੀਜ਼ਾ ਆ ਔਰ ਹਰ ਮਲਕ ਚਾਹੁੰਦਾ ਕਿ ਅਸੀਂ ਇਹ ਵੱਧ ਤੋਂ ਵੱਧ ਦੇਈਏ ਵੱਧ ਤੋਂ ਵੱਧ ਦੇਈਏ ਪਰ ਇਹਦੇ ਨਾਲ ਦੂਸਰਾ ਇੱਕ ਖਦਸ਼ਾ ਹੁੰਦਾ ਕਿ ਜਿਹਦੇ ਵਿੱਚ ਕੀ ਜਿਹੜਾ ਆਇਆ ਜੀ ਉਹ ਇੱਥੇ ਰੁਕ ਗਿਆ ਇਥੋਂ ਕਮਾਈ ਕੀਤੀ ਤੇ ਪੈਸਾ ਵਾਪਸ ਭੇਜਣ ਲੱਪਿਆ ਬਿਲਕੁਲ ਇਹ ਉਹਨਾਂ ਲਈ ਉਲਟਾ ਨੁਕਸਾਨ ਹੋਣ ਲੱਗ ਪੈਂਦਾ ਹੈ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਜੇ ਉਹ ਆਪਾਂ ਗੱਲ ਕਰਦੇ ਆ ਕਿ ਕਈ ਇਦਾਂ ਦੇ ਮੁਲਕ ਹੁੰਦੇ ਨੇ ਜਿੱਥੇ ਵੀਜ਼ਾ ਜਿਹੜਾ ਹੈ ਉਹ ਜਲਦੀ ਨਹੀਂ ਮਿਲਦਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਦੁਨੀਆ ਦਾ ਕਿਹੜਾ ਮੁਲਕ ਹੈ ਜਿੱਥੇ ਸਭ ਤੋਂ ਜ਼ਿਆਦਾ ਵੀਜ਼ੇ ਦਿੱਤੇ ਜਾਂਦੇ ਆ ਜਾਂ ਜਲਦੀ ਵੀਜ਼ਾ ਮਿਲ ਜਾਂਦਾ ਦੁਨੀਆ ਦਾ ਸਭ ਤੋਂ ਵੱਧ ਵੀਜ਼ਾ ਇਸ਼ੂ ਕਰਨ ਵਾਲਾ ਮੁਲਕ ਅਮਰੀਕਾ ਆ ਔਰ ਅਗਰ ਅਸੀਂ ਅੰਕੜਿਆਂ ਤੇ ਵੇਖੋਗੇ ਲਗਭਗ ਹਰ ਮਹੀਨੇ ਤਕਰੀਬਨ 1 ਲੱਖ ਦੇ ਕਰੀਬ ਨਾਨ-ਇਮੀਗਰੈਂਟ ਵੀਜ਼ਾ ਕੱਲੇ ਇੰਡੀਆ ਨੂੰ ਦਿੱਤਾ ਜਾਂਦਾ ਆ ਉਹ ਕੱਲੇ ਕੱਲੇ ਇੰਡੀਆ ਦੀ ਗੱਲ ਕਰੀਏ ਯ ਕੱਲੇ ਇੰਡੀਆ ਦੀ ਮਤਲਬ ਅਗਰ ਤੁਸੀਂ ਪੂਰੀ ਦੁਨੀਆ ਦੀ ਗੱਲ ਕਰੋਗੇ ਤਾਂ ਉਹ ਉਹ ਬਹੁਤ ਵੱਡਾ ਨੰਬਰ ਹੈ ਪਰ ਇੰਡੀਆ ਲੀਡਿੰਗ ਨੰਬਰ ਹੈ ਯੂਐਸ ਦੇ ਵੀਜ਼ਾਸ ਨੂੰ ਪ੍ਰਾਪਤ ਕਰਨ ਵਾਲਾ ਔਰ ਸਭ ਤੋਂ ਵੱਧ ਵੀਜ਼ਾਸ ਜਿਹੜੇ ਉਹ ਇੰਡੀਅਨਸ ਨੂੰ ਗ੍ਰਾਂਟ ਹੁੰਦੇ ਆ ਔਰ ਉਹਦਾ ਅਗੇਨ ਸਾਡੇ ਜੋ ਕੋਈ ਆਸਾਨੀ ਆ ਬਿਕਾਉਜ਼ ਅਗਰ ਤੁਸੀਂ ਡਾਟਾ ਵੇਖੋਗੇ ਪਿਛਲੇ ਕੁਝ ਸਮੇਂ ਦਾ ਪਿਛਲੇ 10 12 ਸਾਲ ਦਾ ਜੀ ਉਹਦੇ ਚ ਇਹ ਪਾਇਆ ਗਿਆ ਕਿ ਅਸੀਂ ਜਦੋਂ ਓਵਰਸੀਜ਼ ਟਰੈਵਲ ਕਰਦੇ ਆ ਜੀ ਅਸੀਂ ਸਭ ਤੋਂ ਵੱਧ ਪੈਸਾ ਸਪੈਂਡ ਕਰਦੇ ਆ ਵੀ ਸਪੈਂਡ ਮੋਰ ਮਨੀ ਦਨ ਯੂਰੋਪੀਅਨਸ ਅਸੀਂ ਜਪਾਨੀਜ਼ ਚਾਈਨੀਜ਼ ਅਸੀਂ ਇਹਨਾਂ ਤੋਂ ਵੀ ਜ਼ਿਆਦਾ ਪੈਸਾ ਬਾਹਰ ਹੌਲੀਡੇਸ ਤੇ ਸਪੈਂਡ ਕਰਦੇ ਆਂ ਜੀ ਔਰ ਇਹ ਸਿਰਫ ਡਾਟੇ ਦੀ ਕਿਰਪਾ ਹੈ ਕਿ ਜਦੋਂ ਇਹ ਵੇਖਿਆ ਗਿਆ ਕਿ ਸਭ ਤੋਂ ਵੱਧ ਪੈਸਾ ਖਰਚਣ ਵਾਲੇ ਲੋਕ ਕੌਣ ਨੇ ਉਹ ਸਾਡਾ ਨਿਕਲਿਆ ਜੀ ਤੋ ਇਸ ਕਰਕੇ ਉਹ ਕੋਟਾ ਵੀ ਫਿਰ ਸਾਡੇ ਤੇ ਹੀ ਆ ਜ਼ਿਆਦਾ ਕੋਟਾ ਸਾਨੂੰ ਤੁਸੀਂ ਜਾਂ ਦੂਜੇ ਤਰੀਕੇ ਨਾਲ ਸਮਝੋ ਕਿ ਸਾਡੇ ਜਦੋਂ ਵੀ ਕਿਸੇ ਦਾ ਵੀਜ਼ਾ ਲੱਗਦਾ ਕਦੀ ਕਿਸੇ ਨੇ ਟਿਕਟ ਦਾ ਭਾਅ ਪੁੱਛਿਆ ਨਾ ਕਦੇ ਵੀ ਨਹੀਂ ਬੰਦਾ ਕਦਾ ਜਿੱਲੇ ਦੀ ਆਉਂਦੀ ਜਾਣ ਦੋ ਜੀ ਅਗਲੇ ਦਿਨ ਤੋਰਨਾ ਜੀ ਵਾਕਈ ਸੋ ਇਹ ਕਿਤੇ ਨਾ ਕਿਤੇ ਡਾਟਾ ਰਿਕਾਰਡ ਹੁੰਦਾ ਜਿਹਦਾ ਕਰਕੇ ਅਲਟੀਮੇਟਲੀ ਇੱਕ ਕੰਟਰੀਬਿਊਸ਼ਨ ਆ ਤੁਹਾਡੀ ਕਿ ਬਿਕੋਜ਼ ਤੁਸੀਂ ਉਹਨਾਂ ਦੀ ਇਕਨੋਮੀ ਨੂੰ ਕੰਟਰੀਬਿਊਟ ਕੀਤਾ ਪੈਸਿਆਂ ਦੇ ਰੂਪ ਵਿੱਚ ਜੀ ਔਰ ਉਹਨਾਂ ਨੇ ਤੈਨੂੰ ਉਹਨਾਂ ਕੋਟਾ ਵਧਾ ਕੇ ਦਿੱਤਾ ਕੋਟਾ ਵਧਾ ਕੇ ਦਿੱਤਾ ਅੱਛਾ ਇਹ ਤੇ ਗੱਲ ਸੀ ਕਿ ਕਿਹੜੀ ਕੰਟਰੀ ਨੂੰ ਜ਼ਿਆਦਾ ਮਿਲਦਾ ਜਾਂ ਕਿਹੜੀ ਕੰਟਰੀ ਜ਼ਿਆਦਾ ਦਿੰਦੀ ਆ ਜਦੋਂ ਅਸੀਂ ਗੱਲ ਕਰਦੇ ਆ ਕਿ ਵੀਜ਼ਾ ਲੈਣ ਚੱਲੇ ਆ ਆਪਾਂ ਆਪਾਂ ਸਾਰੇ ਡਾਕੂਮੈਂਟ ਕਰ ਲਏ ਆ ਕੀ ਕਰੀਦਾ ਉਦੋਂ ਕਿਹੜੀਆਂ ਕਿਹੜੀਆਂ ਗੱਲਾਂ ਨੇ ਧਿਆਨ ਚ ਰੱਖਣੇ ਚਾਹੀਦੇ ਨੇ ਮੋੜਲੀਆਂ ਗੱਲਾਂ ਨੇ ਇਹ 4-5 ਟਿਪਸ ਨੇ ਅਸੀਂ ਯੂਐਸ ਦੇ ਵਿੱਚ ਇਹਨਾਂ ਨੂੰ ਇੱਕ-ਇੱਕ ਕਰਕੇ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਜਦੋਂ ਵੀ ਤੁਸੀਂ ਕਿਸੇ ਵੀ ਮੁਲਕ ਦਾ ਵੀਜ਼ਾ ਪ੍ਰਾਪਤ ਕਰਨ ਚੱਲਿਓ ਅਮਰੀਕਾ ਦਾ ਸਪੈਸ਼ਲੀ ਜਾਂ ਕਿਸੇ ਵੀ ਮੁਲਕ ਦਾ ਜੀ ਸੋ ਅਲਟੀਮੇਟਲੀ ਅਸੀਂ ਸਿੱਧ ਕਰਨਾ ਹੁੰਦਾ ਉੱਥੇ ਕਿ ਅਸੀਂ ਸਾਡੇ ਕੋਲ سرمਾਇਆ ਆ ਬਿਕਾਉਸ ਪੈਸਾ ਉਹ ਖਰਚੂਗਾ ਜਿਹਦੇ ਵਿੱਚ ਜਿਹਦੀ ਜੇਬ ਚ ਪੈਸੇ ਹੈ ਜਿਹਦੇ ਕੋਲ سرمਾਇਆ ਹੈ ਬਿਲਕੁਲ ਬਿਕੋਜ਼ ਤੁਸੀਂ ਕਦੀ ਇਹ ਤੁਸੀਂ ਇਹੋ ਜੀ ਸਟੋਰੀ ਜਰੂਰ ਸੁਣੀ ਹੋਊਗੀ ਕੋਈ ਬਾਬਾ ਗਿਆ ਅੰਬੈਸੀ ਉਹਨੇ ਜਾ ਕੇ ਦੌਕਾ ਮਾਰਿਆ ਯਾਰ ਸਵੇਰ ਦੇ ਬਾਹਰ ਖੜੇ ਆ ਧੁੱਪੇ ਤੇ ਆਏ ਖੜੇ ਆ ਨਾ ਤੇ ਆੜੇ ਬੈਨ ਨੂੰ ਕੁਰਸੀ ਨਹੀਂ ਇਹ ਬਾਬੇ ਨੂੰ ਵੀਜ਼ਾ ਮਿਲ ਸਕਦਾ ਹੈ ਤੁਸੀਂ ਇਹੋ ਜੀ ਕਦੀ ਸਟੋਰੀ ਨਹੀਂ ਸੁਣੀ ਹੋਊਗੀ ਕੋਈ ਬਾਬਾ ਗਿਆ ਉਹਨੇ ਜਾ ਕੇ ਇਹ ਕਿਹਾ ਜੀ ਉਹ ਮੇਰੇ ਜੀ ਮੇਰੇ ਨਿਆਣੇ ਨੇ ਮੈਨੂੰ ਘਰੋਂ ਕੱਢਤਾ ਮੇਰੇ ਕੋਲ ਪੈਸਾ ਹੈ ਨਹੀਂ ਕੋਈ ਤੇ ਜੇ ਪੁੱਤਰਾ ਤੂੰ ਮੈਨੂੰ ਵੀਜ਼ਾ ਦੇ ਦੇਵੇਂ ਵੀਜ਼ਾ ਅਫਸਰ ਨੂੰ ਕਹੇ ਵੀ ਤੇਰਾ ਬਹੁਤ ਭਲਾ ਹੋਵੇ ਸੋ ਇਹ ਕਿਰਪਾ ਵਾਲਾ ਵੀਜ਼ਾ ਨਹੀਂ ਹੈ ਕਿ ਕੋਈ ਕਿਸੇ ਤੇ ਕਿਰਪਾ ਕਰੇ ਇਹ ਪ੍ਰੋਪਰ ਬਿਜ਼ਨਸ ਮਾਈਂਡਡ ਹੈ ਪ੍ਰੋਪਰ ਬਾਣੀਆ ਪੁਣਾ ਹੈ ਪ੍ਰੋਪਰ ਕਮਰਸਰ ਪਰ ਜੋ ਤੁਸੀਂ ਅਮਰੀਕਾ ਦੀ ਗੱਲ ਕਰਦੇ ਹੋ ਉਹ ਆਪਾਂ ਆਪਣਾ ਫਾਇਦਾ ਹਮੇਸ਼ਾ ਸੋਚ ਕੇ ਚੱਲਦਾ ਹੈ ਦੁਨੀਆ ਦੀਆਂ ਵਰਲਡ ਵਾਰ ਜਿਹਨੂੰ ਕਹਿੰਦੇ ਆ ਐਗਜੈਕਟਲੀ ਆਪਣੀ ਪਲੇਸ ਤੇ ਨਹੀਂ ਲੜੀਆਂ ਹਾਂ ਬਿਲਕੁਲ 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 درست ਹੈ ਸੋ ਐਸੇ ਕਰਕੇ ਇਹਦੇ ਵਿੱਚ ਕਿਸੇ ਵੀ ਮੁਲਕ ਦਾ ਆਪਾਂ ਵੀਜ਼ਾ ਅਪਲਾਈ ਕਰਾਂਗੇ ਸੋ ਅੱਜ ਆਪਾਂ ਸਪੈਸ਼ਲੀ ਫੋਕਸ ਕਰਦੇ ਬੀ1 ਬੀ2 ਵੀਜ਼ਾ ਹੁੰਦਾ ਹੈ ਅਮਰੀਕਾ ਦਾ ਔਰ ਇਹ ਸਭ ਤੋਂ ਵੱਡਾ ਵੀਜ਼ਾ ਹੈ ਦੁਨੀਆ 'ਚ ਕੋਈ ਵੀ ਮੁਲਕ ਤੁਹਾਨੂੰ ਐਡਾ ਲੰਬਾ ਵੀਜ਼ਾ ਨਹੀਂ ਦਿੰਦਾ ਜਿਹੜਾ ਕਿ ਯੂਐਸ ਦਿੰਦਾ ਹੈ ਇੱਕ ਇਹਦੀ ਕੀ ਡਿਊਰੇਸ਼ਨ ਹੈ ਕਿੰਨਾ ਲੰਬਾ ਯੂਐਸ ਤੁਹਾਨੂੰ 10 ਸਾਲ ਦਾ ਵੀਜ਼ਾ ਦਿੰਦਾ ਹੈ ਚਾਹੇ ਤੁਹਾਡੇ ਪਾਸਪੋਰਟ 6 ਮਹੀਨੇ ਦਾ ਰਹਿੰਦਾ ਹੋਵੇ ਵੀਜ਼ੇ ਦੀ ਡਿਊਰੇਸ਼ਨ ਤੁਹਾਡੀ 10 ਸਾਲ ਦੀ ਹੁੰਦੀ ਹੈ ਔਰ ਅਗਰ ਤੁਹਾਡਾ ਪਾਸਪੋਰਟ ਬਦਲ ਵੀ ਲਓਗੇ ਤੁਹਾਡਾ ਵੀਜ਼ਾ ਪੁਰਾਣਾ ਹੀ ਵੈਲਿਡ ਰਹਿੰਦਾ ਹੈ ਬਾਕੀ ਤਕਰੀਬਨ ਤੁਸੀਂ ਅਗਰ ਕੈਨੇਡਾ ਨੂੰ ਜਾਓਗੇ ਤੁਹਾਡੀ ਪਾਸਪੋਰਟ ਦੀ ਵੈਲਿਡਿਟੀ ਦੇ ਅਕੋਰਡਿੰਗ ਵੀਜ਼ਾਸ ਦਿੰਦੇ ਆ ਜਾਂ ਕੁਝ ਕੰਟਰੀਸ ਤੁਹਾਨੂੰ ਫੀਸਾਂ ਐਡੀਸ਼ਨਲ ਲੈਂਦੇ ਆ ਅਗਰ ਇੰਗਲ ਸੋ ਇਹ ਇਕਲੌਤਾ ਕੰਟਰੀ ਜਿਹੜਾ ਨੋਮੀਨਲ ਫੀਸ ਦੇ ਵਿੱਚ ਸਭ ਤੋਂ ਲੰਬਾ ਵੀਜ਼ਾ ਦਿੰਦਾ ਹੈ ਸਭ ਤੋਂ ਲੰਬਾ ਵੀਜ਼ਾ ਸੋ ਅਗਰ ਤੈਨੂੰ ਵੀ ਤੁਸੀਂ ਐਲੀਜੀਬਲ ਹੋ ਫਿਰ ਤੁਸੀਂ ਪੱਕੇ ਐਲੀਜੀਬਲ ਹੋ ਸੋ ਤੁਹਾਨੂੰ 10 ਸਾਲ ਦਾ ਵੀਜ਼ਾ ਔਰ 10 ਸਾਲ ਕਿਸੇ ਦੀ ਵੀ ਲਾਈਫ 'ਚ ਬਹੁਤ ਵੱਡੇ ਨੇ ਔਰ ਅਗਰ ਤੁਸੀਂ ਸਾਡੇ ਸਮਾਜ ਦੀ ਗੱਲ ਕਰੋਗੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਐਜ਼ ਅ ਸੈਂਸ ਆਫ ਸਿਕਿਉਰਟੀ ਪ੍ਰੋਵਾਈਡ ਕਰਦਾ ਕਿ ਚੱਲ ਨਹੀਂ ਕੁਝ ਹੈਗਾ ਅਮਰੀਕਾ ਦਾ ਵੀਜ਼ਾ ਹੈਗਾ ਕੁਝ ਨਾ ਕੁਝ ਐਜ਼ ਅ ਬੈਕਅਪ ਪਲਾਨ ਮੇਰੀ ਗੱਲ ਸੁਣੋ ਤੁਸੀਂ 10 ਸਾਲ ਦਾ ਵੀਜ਼ਾ ਕਹਿੰਨੇ ਹੋ 10 ਸਾਲ ਦਾ ਵੀਜ਼ਾ ਜਦੋਂ ਆਪਾਂ ਕਹਿੰਨੇ ਆ ਉਹਦੇ ਮਤਲਬ 10 ਸਾਲ ਉਹ ਉਹਦਾ ਉੱਥੇ ਕਿੰਨੇ ਚ ਰੈਸਟ ਕਰ ਸਕਦੇ ਹੋ ਪਰ ਵਿਜ਼ਿਟ ਤੁਸੀਂ 6 ਮਹੀਨੇ ਰਹਿ ਸਕਦੇ ਹੋ ਮੈਕਸਿਮਮ ਉਹ ਵੀ ਅੱਛਾ ਮੈਕਸਿਮਮ ਹਾਂ ਹਾਲਾਂਕਿ ਇਹ ਸਲਾਹ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਪੂਰੇ 6 ਮਹੀਨੇ ਲਾ ਕੇ ਆਓ ਅਨਲੈਸ ਅਗਰ ਤੇਰੀ ਫੈਮਿਲੀ ਹੈਗੀ ਉਹ ਉੱਥੇ ਫਿਰ ਤੁਸੀਂ 6 ਮਹੀਨੇ ਤੱਕ ਬਿਕੋਜ਼ ਹਰ ਵਿਜ਼ਿਟ ਦੇ ਵਿੱਚ ਤੁਹਾਨੂੰ ਲੱਗਣਾ ਹੈ ਚਾਹੀਦਾ ਕਿ ਤੁਸੀਂ ਪੈਸਾ ਇੱਥੇ ਕਮਾ ਰਹੇ ਹੋ ਤਾਂ ਖਰਚਣ ਉੱਥੇ ਚੱਲੇ ਹੋ ਜੀ ਅਗਰ ਤੁਸੀਂ ਜ਼ਿਆਦਾ ਸਮਾਂ ਉੱਥੇ ਲਾ ਰਹੇ ਹੋ ਵਿਛੇ 6 ਮਹੀਨੇ ਤੁਸੀਂ ਉੱਥੇ ਲਾ ਰਹੇ ਹੋ ਮੇਬੀ ਤੁਹਾਨੂੰ ਦੂਜੀ ਤੀਜੀ ਚੌਥੀ ਐਂਟਰੀ ਦੇ ਵਿੱਚ ਵੀਜ਼ਾ ਅਫਸਰ ਫਿਰ ਸਵਾਲ ਕਰੂਗਾ ਕਿ ਇੱਥੇ ਹਰ 6 ਮਹੀਨੇ ਬਾਅਦ ਕੀ ਹੁੰਦਾ ਹੈ ਵਾਕੇ ਵੀ ਤੇ ਹਰ 6 ਮਹੀਨੇ ਤੁਸੀਂ ਕਿਉਂ ਆਉਂਦੇ ਤੁਸੀਂ ਬੇਸਿਕ ਪ੍ਰਿੰਸੀਪਲ ਦੇ ਉਲਟ ਹੋ ਜਾਓਗੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਪੈਸਾ ਆਪਣੇ ਮੁਲਕ 'ਚ ਕਮਾਓ ਤੇ ਖਰਚਣ ਇੱਥੇ ਆਓ ਠੀਕ ਹੈ ਅੱਛਾ ਜਦੋਂ ਫਿਰ ਬੰਦਾ ਜਾਂਦਾ ਸਪੈਸ਼ਲੀ ਪੰਜਾਬੀ ਜਾਂਦੇ ਆ ਉਹਨਾਂ ਨੂੰ ਹੁੰਦਾ 1.5 ਸਾਲ ਦਾ ਵੀਜ਼ਾ ਲੱਗਾ ਹੋਇਆ ਤੇ ਉਹ ਉਥੇ ਕੰਮ ਵੀ ਕਰ ਸਕਦੇ ਆ ਕਿਦਾਂ ਕੁਸ਼ੀ ਆ ਦੇਖੋ ਲੀਗਲੀ ਅਲਾਉਡ ਨਹੀਂ ਆ ਪਰ ਬਹੁਤ ਸਾਰੇ ਲੋਕ ਕੰਮ ਕਰਦੇ ਆ ਔਰ ਇਹਨੂੰ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਮਾਨੀਟਰ ਕਰ ਵੀ ਨਹੀਂ ਸਕਦੇ ਬਿਕਾਜ਼ ਅਗਰ ਤੁਸੀਂ ਇਕੱਲੇ-ਇਕੱਲੇ ਨਾਲ ਕੋਈ ਮੀਟਰ ਤਾਂ ਲਾ ਨਹੀਂ ਸਕਦੇ ਸੋ ਲੋਕ ਜਾਂਦੇ ਨੇ ਬਿਕਾਜ਼ ਜਿਹੜੇ ਸੈਰਸਪਾਟਾ ਕਰਦੇ ਨੇ ਉਹਨਾਂ ਲਈ ਬਹੁਤ ਵਧੀਆ ਆਪਸ਼ਨ ਹੈ ਤੇ ਜਿਹੜੇ ਲੋਕ ਕੰਮ ਲਈ ਜਾਂਦੇ ਆ ਉਹ ਇੱਕ ਦੋ ਵਾਰੀ ਤੋਂ ਬਾਅਦ ਫਿਰ ਉਹਨਾਂ ਦਾ ਵੀਜ਼ਾ ਵੀ ਉਹਦਾ ਜਿਹਨੂੰ ਕਹਿੰਦੇ ਵੀ ਪੂਰਾ ਫਾਇਦਾ ਨਹੀਂ ਲੈ ਪਾਉਂਦੇ ਬਿਕਾਜ਼ ਤੁਸੀਂ ਜਿਆਦਾ ਲੰਬਾ ਰੁਕੋਗੇ ਆਉਣ ਵਾਲੇ ਸਮੇਂ ਤੁਹਾਡਾ ਵੀਜ਼ਾ ਰਿਵੋਕ ਹੋ ਸਕਦਾ ਹੈ ਬਿਕਾਜ਼ ਵੀਜ਼ਾ ਜਦੋਂ ਕੈਨਸਲ ਹੋ ਗਿਆ ਫਿਰ ਜਿੱਦਾਂ ਉਹ ਸ਼ੁਰੂ ਚ ਦਿੱਤਾ ਇਹ ਮੰਨ ਕੇ ਕਿ ਤੁਸੀਂ ਚੰਗੇ ਟੂਰਿਸਟ ਹੋ ਪਰ ਤੁਸੀਂ ਟੂਰਿਸਟ ਵਾਲੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਤੁਸੀਂ ਕੰਮ ਕਰਨ ਵਾਲੀਆਂ ਸ਼ਰਤਾਂ ਦੇ ਉੱਪਰ ਜ਼ਿਆਦਾ ਜਾ ਹੀ ਜਾਂਦੇ ਹੋ ਸੋ ਉਹ ਫਿਰ ਆਉਣ ਵਾਲੇ ਸਮੇਂ ਤੁਹਾਡਾ ਵੀਜ਼ਾ ਰਿਵੋਕ ਵੀ ਹੋ ਸਕਦਾ ਸੋ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਕਿ ਇਹ ਬੇਸਿਕਲੀ ਲਿਆ ਕਿੱਦਾਂ ਜਾਂਦਾ ਸੋ ਜਦੋਂ ਵੀ ਤੁਸੀਂ ਐਮਬੈਸੀ ਜਾਣਾ ਹੈ ਤੁਸੀਂ ਸਭ ਤੋਂ ਪਹਿਲਾਂ ਵੀਜ਼ਾ ਅਫਸਰ ਨੂੰ ਇਹ ਸਿੱਧ ਕਰਨਾ ਹੈ ਕਿ ਤੁਹਾਡੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ ਆਪਣੇ ਮੁਲਕ ਵਿੱਚ ਜੀ ਸੋ ਤੁਸੀਂ ਵੀਜ਼ਾ ਅਫਸਰ ਨੂੰ ਸਿੱਧ ਕਰੋਗੇ ਕਿ ਤੁਸੀਂ ਸੋਸ਼ੀਅਲੀ ਬੜਾ ਸਟਰੋਂਗ ਸੈਟਅਪ ਹੈ ਤੁਹਾਡੇ ਕੋ ਆਪਣੇ ਘਰ-ਬਾਰ ਨੇ ਆਪਣੇ ਵਪਾਰ ਨੇ ਤਿਆੜੇ ਕੋਲ ਜੋ ਕੁਝ ਵੀ ਜਿਹੜਾ ਇਹ ਦੱਸੇ ਕਿ ਤੁਸੀਂ ਇਸ ਸਮਾਜ ਲਈ ਬਹੁਤ ਜ਼ਰੂਰੀ ਹੋ ਜ਼ਰੂਰੀ ਜਿਹੜਾ ਕਿ ਇਹ ਸਿੱਧ ਕਰੇ ਕਿ ਤੁਸੀਂ ਉੱਥੇ ਜਾ ਕੇ ਰਹਿ ਨਹੀਂ ਸਕਦੇ ਬਿਕੋਜ਼ ਵੀਜ਼ਾ ਆਫੀਸਰ ਦਾ ਬੇਸਿਕ ਕੰਮ ਹੈ ਕਿ ਵੀਜ਼ਾ ਆਫੀਸਰ ਤੁਹਾਡੇ ਤੇ ਸ਼ੱਕ ਕਰਕੇ ਚੱਲ ਰਿਹਾ ਕਿ ਇਹ ਬੰਦਾ ਉੱਥੇ ਜਾ ਕੇ ਰੁਕ ਜਾਏਗਾ ਵਾਪਸ ਨਹੀਂ ਆਏਗਾ ਸੋ ਉਹਨੂੰ ਸਿੱਧ ਕਰਨਾ ਸਾਡੀ ਲਾਇਬਿਲਟੀ ਆ ਉਹਨੂੰ ਸਿੱਧ ਕਰਨਾ ਹਰ ਕਲਾਇੰਟ ਦੀ ਹਰ ਵਿਸਟਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਵੀਜ਼ਾ ਵੀਜ਼ਾ ਆਫਸਰ ਦੇ ਸਾਹਮਣੇ ਖੜਾ ਆ ਜੀ ਸੋ ਸੋ ਪਹਿਲੀ ਟਿਪ ਤੇ ਹੈਗੀ ਕਿ ਤੁਹਾਨੂੰ ਆਪਣੀ ਮੂਲਕ ਦੇ ਨਾਲ ਆਪਣੀ ਸਾਂਝ ਦੱਸਣੀ ਪਊਗੀ ਕਿ ਉਹ ਇੰਨੀ ਸਟਰੋਂਗ ਆ ਕਿ ਮੇਰੇ ਉੱਥੇ ਰਹਿਣ ਦਾ ਕੋਈ ਮਤਲਬ ਹੋ ਹੀ ਨਹੀਂ ਸਕਦਾ ਅੱਛਾ ਫਿਰ ਇਹ ਸਾਂਝ ਜਿਹੜੀ ਹੈ ਕਿੱਦਾਂ ਦੱਸ ਸਕਦੇ ਕਿਉਂਕਿ ਇਹ ਬੰਦਾ ਬੋਲ ਕੇ ਜਿੰਨਾ ਮਰਜੀ ਚਿੱਕੀ ਜਾਵੇ ਇਹ ਐਗਜੈਕਟਲੀ ਬੋਲ ਕੇ ਵਾਲਾ ਹੀ ਹਿਸਾਬ ਹੈ ਬਿਕੋਜ਼ ਜਦੋਂ ਤੁਸੀਂ ਸੱਚ ਬੋਲਦੇ ਹੋ ਜਾਂ ਝੂਠ ਬੋਲਦੇ ਹੋ ਤੁਹਾਡੇ ਚਿਹਰੇ ਦੇ ਹਾਵ ਭਾਵ ਤੁਹਾਡੀ ਬਾਡੀ ਲੈਂਗੁਏਜ ਉਹ ਚੇਂਜ ਹੁੰਦੀ ਆ ਜੀ ਸੋ ਅਗਰ ਦੇਖੋ ਜਿਹੜਾ ਅੱਖਰ ਤੁਹਾਡੀ ਜ਼ੁਬਾਨ ਚੋਂ ਬਾਹਰ ਡੇਗਦਾ ਅਗਰ ਤੁਹਾਡਾ ਸਰੀਰ ਤੁਹਾਡੀ ਆਤਮਾ ਤੁਹਾਡੇ ਚਿਹਰੇ ਦੇ ਹਾਪਾ ਅਗਰ ਉਹਨੂੰ ਸਪੋਰਟ ਕਰਦੇ ਆ ਇਹ ਸੱਚ ਆ ਜੀ ਅਗਰ ਜਿਹੜਾ ਅੱਖਰ ਤੁਹਾਡੀ ਜ਼ੁਬਾਨ ਚੋਂ ਬਾਹਰ ਡਿੱਗਿਆ ਉਹਨੂੰ ਤੁਹਾਡੀ ਬਾਡੀ ਲੈਂਗੁਏਜ ਸਪੋਰਟ ਨਹੀਂ ਕਰ ਰਹੀ ਉਹ ਝੂਠ ਆ ਸੋ ਵੀਜ਼ਾ ਆਫੀਸਰ ਦੇ ਬੇਸਿਕਲੀ ਚੈੱਕ ਕਰਨ ਦਾ ਫਾਰਮੂਲਾ ਇਹ ਹੈ ਉਹ ਕਈ ਵਾਰੀ ਬਹੁਤ ਸਾਰੇ ਕਾਗਜ਼ਾਂ ਦੀ ਤਫ਼ਤੀਸ਼ 'ਚ ਨਹੀਂ ਜਾਂਦੇ ਉਹ ਸਿੱਧਾ ਤੁਹਾਡੇ ਨਾਲ ਗੱਲਬਾਤ ਕਰਕੇ ਯਕੀਨ ਕਰ ਲੈਂਦੇ ਆ ਤੁਸੀਂ ਕਹਿੰਦੇ ਹੋ ਤੁਸੀਂ ਸਮਝੋ ਕਿ ਵੀਜ਼ਾ ਆਫੀਸਰ ਮੰਨਣ ਨੂੰ ਤਿਆਰ ਹੈ ਕਿ ਤੁਸੀਂ ਸਰਮਾਇਦਾਰ ਹੋ ਅੱਛਾ ਪਰ ਸਿੱਧ ਇਥੋਂ ਕਰੋ ਪਰ ਫਿਰ ਉਹ ਸਾਈਕੋਲੋਜੀਸਟ ਲੱਗਦੇ ਆ ਕਿ ਵੀਜ਼ਾ ਆਫਸਰ ਕੱਟ ਤੇ ਸਾਈਕੋਲੋਜੀਸਟ ਜ਼ਿਆਦਾ ਲੱਗਦੇ ਐ ਐਗਜ਼ੈਕਟਲੀ ਬਿਕੋਜ਼ ਦੇ ਆਰ ਟ੍ਰੇਨਡ ਪ੍ਰੋਫੈਸ਼ਨਲ ਉਹਨੇ ਦੀ ਜੌਬ ਹੀ ਇਹ ਹੈ ਉਹਨਾਂ ਦੀ ਜੌਬ ਇਹ ਹੈ ਕਿ ਕੋਈ ਵੀ ਉੱਥੇ ਮੇਰਾ ਪਹਿਲਾ ਸੁਝਾਅ ਇਹ ਹੈ ਕਿ ਬਹੁਤ ਜ਼ਿਆਦਾ ਝੂਠ ਬੋਲਣ ਦੀ ਲੋੜ ਨਹੀਂ ਅਗਰ ਤੁਹਾਡਾ ਸਰਮਾਇਆ ਸਿੱਧ ਕਰਨਾ ਤਬ ਤੁਹਾਡੇ ਸਭ ਕੋ ਇੱਥੇ ਕੋਈ ਨਾ ਕੋਈ ਰੋਟੀ ਕਮਾਉਣ ਦਾ ਰੋਟੀ ਖਾਣ ਦਾ ਜਰੀਆ ਆ ਸੋ ਉਹਨੂੰ ਗਲੋਰੀਫਾਈ ਕਰਕੇ ਉਹਨੂੰ ਚਮਕਾ ਕੇ ਦੱਸੋ ਉਹਦੇ ਚ ਕੋਈ ਬੁਰਾ ਨਹੀਂ ਐ ਜੀ ਸੋ ਤੁਸੀਂ ਆ ਉਹੀ ਤੁਹਾਡੀਆਂ ਜੜਾਂ ਨੇ ਅਗਰ ਤੁਹਾਡਾ ਕਿਤੇ ਨਾ ਕਿਤੇ ਕੋਈ ਬਾਂਡੇਜ ਆ ਅਗਰ ਤੁਹਾਡਾ ਕਿ ਸਪੋਜ਼ ਕਰੋ ਤੁਸੀਂ ਜਿੱਦਾਂ ਸਪੋਜ਼ ਕਰੋ ਮੀਡੀਆ ਵਿੱਚੋਂ ਜੀ ਤੁਸੀਂ ਆਪਣੇ ਅਗਰ ਤੁਹਾਡਾ ਪ੍ਰੋਫਾਈਲ ਲਾਉਣਾ ਹੋਵੇ ਤੁਸੀਂ ਆਪਣਾ ਪ੍ਰੋਫਾਈਲ ਦਿਖਾਉਣ ਲਈ ਤੁਹਾਡੇ ਕੋਲ ਕੁਝ ਨਾ ਕੁਝ ਹੋਵੇ ਕਿ ਜਿਹਦੇ ਵਿੱਚ ਇਹ ਸਿੱਧ ਹੋ ਸਕੇ ਕਿ ਤੁਸੀਂ ਇਸ ਸਮਾਜ ਲਈ ਜ਼ਰੂਰੀ ਹੋ ਜ਼ਰੂਰੀ ਹੋ ਸੋ ਇਹ ਕੰਮ ਹੋ ਗਿਆ ਕਦੋਂ ਹੋ ਗਿਆ ਸੋ ਪਹਿਲਾ ਤੇ ਇਹ ਹੈ ਕਿ ਤੁਸੀਂ ਆਪਣੀਆਂ ਜੜਾਂ ਦੱਸੋ ਦੂਸਰਾ ਹੈ ਕਿ ਅਗਰ ਜਦੋਂ ਅਸੀਂ ਬਹੁਤ ਵਿਸਥਾਰ ਨਾਲ ਸਭ ਕੁਝ ਦੱਸ ਦਈਏ ਕਿ ਸਾਡੇ ਕੋਲ ਇਹ ਆ ਸਰਮਾਇਆ ਹੈ ਸੌਖਾ ਆ ਜੀ ਦੂਸਰਾ ਕੰਮ ਹੁੰਦਾ ਪਿਆ ਕਿੱਥੇ ਆ ਜੀ ਉਹ ਜਿਹਨੂੰ ਅਸੀਂ ਕਹਿੰਨੇ ਕਿ ਤੁਹਾਡੇ ਕੋਲ ਪੈਸਾ ਦਿਸਦਾ ਹੋਵੇ ਕਿੱਥੇ ਪਿਆ ਆ ਜੀ ਸੋ ਪਹਿਲਾਂ ਤਾਂ ਤੁਹਾਡੇ ਕੋਲ ਸੋਰਸ ਆਫ ਇਨਕਮ ਹੋ ਗਿਆ ਜੀ ਜੋ ਸੋਸ਼ਲ ਤੁਹਾਡੀਆਂ ਟਾਈਜ਼ ਨੇ ਦੂਸਰੀਆਂ ਤੁਹਾਡੀਆਂ ਇਕਨੋਮਿਕ ਟਾਈਜ਼ ਨੇ ਜਿਹਦੇ ਵਿੱਚ ਕਿ ਤੁਹਾਡੇ ਕੋਲ ਪੈਸਾ ਪਿਆ ਆ ਕੋਈ ਸਟੇਟਮੈਂਟ ਪਈ ਆ ਕਿਤੇ ਕੁਝ ਤੁਹਾਡੇ ਕਾ ਫੀਡੀ ਪਈ ਕਿਤੇ ਕੁਝ ਵੀ ਪਿਆ ਜੀ ਸੋ ਉਹ ਉਸ ਤਰੀਕੇ ਨਾਲ ਲਿਆ ਕੇ ਤੁਸੀਂ ਸ਼ੋਅ ਆਫ ਕਰ ਸਕਦੇ ਹੋ ਕਿ ਮੇਰੇ ਕੋਲ ਇਨਫ ਸੇਵਿੰਗਸ ਆ ਔਰ ਮੇਰੇ ਕੋਲ ਮਤਲਬ ਇੰਨੇ ਪੈਸੇ ਹੈਗੇ ਕਿ ਮੇਰੇ ਕੋਲ ਇਹ ਜਿਹੜੀ ਟ੍ਰਿਪ ਆ ਅਫੋਰਡੇਬਲ ਆ ਜੀ ਸੋ ਇਹ ਇਹ ਦੋ ਬੇਸਿਕ ਚੀਜ਼ਾਂ ਨੇ ਇਹ ਦੋ ਬੇਸਿਕ ਬੁਢਲੀਆ ਚੀਜ਼ਾਂ ਹਨ ਇਸ ਤੋਂ ਆਪਾਂ ਹੋਰ ਵੀ ਚੀਜ਼ਾਂ ਬਾਰੇ ਗੱਲ ਕਰਾਂਗੇ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਕਰਾਂਗੇ ਚਰਚਾ ਇਸ ਵਿਸ਼ੇ ਦੇ ਉੱਤੇ ਫਿਰ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਪੰਜਾਬ ਮੇਲ ਯੂ ਐਸ اے ਚੈਨਲ ਦਾ ਸ਼ਾਨਦਾਰ ਉਪਰਾਲਾ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਚ ਲੇਟੈਸਟ ਕੀ ਚੱਲ ਰਿਹਾ ਹੈ ਅਮਰੀਕਾ ਦੀ ਸਿਆਸਤ ਕਿਦਾਂ ਰੰਗ ਬਦਲ ਰਹੀ ਹੈ ਇਹ ਸਭ ਜਾਣਨ ਲਈ ਬਿਲਕੁਲ ਪੰਜਾਬ ਮੇਲ ਯੂਐਸਏ ਚੈਨਲ ਦਾ ਸਪੈਸ਼ਲ ਸ਼ੋਅ ਯੂਐਸ ਇਮੀਗ੍ਰੇਸ਼ਨ ਐਂਡ ਪੌਲਟਿਕਸ ਵਿਦ ਅਟਾਰਨੀਟ ਲਾ ਜਸਪ੍ਰੀਤ ਸਿੰਘ ਪੰਜਾਬ ਮੇਲ ਯੂਐਸਏ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਗੱਲ ਕਰ ਰਹੇ ਸੀ ਕਿ ਅਮਰੀਕਾ ਦਾ ਜਿਹੜਾ ਟਰੈਵਲ ਵੀਜ਼ਾ ਹੈ ਉਹ ਕਿਵੇਂ ਲਿਆ ਜਾਵੇ ਸਹੀ ਤਰੀਕੇ ਦੇ ਨਾਲ ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਅਰਵਿੰਦਪਾਲ ਸਿੰਘ ਜੀ ਰਵਿੰਦਰ ਜੀ ਆਪਾਂ ਗੱਲ ਕਰ ਰਹੇ ਸੀ ਕਿ ਕਿੱਦਾਂ ਜਿਹੜਾ ਹੈ ਪਹਿਲਾਂ ਤੁਸੀਂ ਕਹਾਂ ਜੀ ਸਾਡੇ ਕੋਲੇ ਸਰਮਾਇਆ ਹੈਗਾ ਤੇ ਉਹਨੂੰ ਦੱਸਣਾ ਬਹੁਤ ਜ਼ਰੂਰੀ ਹੈ ਫਿਰ ਉਹ ਸਰਮਾਇਆ ਕਿੱਥੇ ਪਿਆ ਹੈ ਯਾਨੀ ਕਿ ਸਾਡੀ ਬੈਕ ਸਟੇਟਮੈਂਟ ਜੇ ਕੋਈ ਐਫ ਡੀ ਹੈ ਅਸੀਂ ਉਹਨੂੰ ਦਿਖਾਉਣਾ ਫਿਰ ਅਗਲਾ ਸਟੈਪ ਕੀ ਹੈ ਇਹਦੇ ਵਿੱਚ ਇੱਕ ਨਾ ਬਹੁਤ ਸਾਰੇ ਮੈਨੂੰ ਕੁਐਸਚਨ ਜਿਹਨੂੰ ਮੈਂ ਇਹਨੂੰ ਸ਼ੇਅਰ ਕਰ ਲੈਣਾ ਬਹੁਤ ਸਾਰੇ ਸਵਾਲ ਹੀ ਪੁੱਛਦੇ ਨੇ ਕਿ ਕਿੰਨੇ ਪੈਸੇ ਜੀ ਬਿਕਾਜ਼ ਇਹਦਾ ਕੋਈ ਵੀ ਨਾ ਤਾਂ ਤੈਨੂੰ ਜਵਾਬ ਦੇਵੇਗਾ ਕਿ ਕਿੰਨੇ ਪੈਸੇ ਕਿੰਨੇ ਪੈਸੇ ਦਾ ਇੱਕ ਦੇਸੀ ਫਾਰਮੂਲਾ ਹੈ ਕਿ ਜਿੰਨੀ ਤੁਹਾਡੀ ਸਾਲਾਨਾ ਆਮਦਨ ਹੈ ਕਮ ਸੇ ਕਮ ਉਨੇ ਕੁ ਪੈਸੇ ਤੁਹਾਡੇ ਕੋਲ ਜ਼ਰੂਰ ਹੋਣ ਜੀ ਸੋ ਅਗਰ ਤੁਸੀਂ ਰਿਟਰਨ ਫਾਈਲ ਕਰ ਦਿਓ 4-5 ਲੱਖ ਦੀ ਤੇ 4-5 ਲੱਖ ਰੁਪਏ ਬਥੇਰਾ ਆ ਅਗਰ ਤੁਹਾਡੇ ਕੋਲ 10 ਕਿੱਲੇ ਆ ਸੋ ਤੁਹਾਡੇ ਕੋਲ 10 ਕਿੱਲਿਆਂ ਦੀ ਕਮਾਈ ਆ ਸੋ ਸਰਕਾਰੀ ਰੂਪ ਦੇ ਵਿੱਚ ਤੁਹਾਡੇ ਕੋਲ ਉਹਦੇ 8-10 ਲੱਖ ਰੁਪਏ ਦੇ ਕਰੀਬ ਅਨੂਅਲ ਇਨਕਮ ਬਣਦੀ ਆ ਸੋ ਤੁਹਾਡੇ ਕੋਲ ਉਹਦੇ ਮੁਤਾਬਕ ਪੈਸੇ ਹੋਣਗੇ ਅਚਰਬਿੰਦਰ ਜੀ ਤਾਂ ਹੁਣ ਤੁਸੀਂ ਕਹੇ ਕਿ 5 ਲੱਖ 5 ਲੱਖ ਇਨਕਮ ਬਹੁਤ ਹੈ ਬਹੁਤ ਹੈ ਸਫੀਸ਼ੀਐਂਟ ਹੈ ਬਿਲਕੁਲ ਹੋਰ ਇਸ ਤੋਂ ਇਲਾਵਾ ਕੋਈ ਚੀਜ਼ ਨਹੀਂ ਚਾਹੀਦਾ ਨਹੀਂ ਨਹੀਂ ਸਫੀਸ਼ੀਐਂਟ ਪੈਸੇ ਆ ਇਹ ਜੀ ਸੋ ਸਾਨੂੰ ਇਹਦੇ ਚ ਮਤਲਬ ਚੀਜ਼ਾਂ ਨੂੰ ਫਰੇਮ ਕਰਨ ਦੀ ਲੋੜ ਆ ਬਿਕੋਜ਼ ਸਭ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਬਹੁਤ ਮੁਸ਼ਕਲ ਵੀਜ਼ਾ ਆ ਔਰ ਮੈਂ ਫਿਰ ਦੱਸਦਾ ਕਿ ਇਹ ਦੁਨੀਆ ਦੇ ਸਭ ਤੋਂ ਸੌਖੇ ਵੀਜ਼ਿਆਂ ਵਿੱਚੋਂ ਆ ਜਿਹੜਾ ਤੁਸੀਂ ਗੱਲੀਬਾਤੀ ਲੈ ਸਕਦੇ ਹੋ ਮੀਨਸ ਅਗਰ ਤੁਸੀਂ ਪਰਸਨਲੀ ਮੇਰੇ ਲਾਈਕ ਐਕਸਪੀਰੀਅੰਸ ਦੀ ਜਾਂ ਮੇਰੇ ਆਪਣੇ ਤਜਰਬੇ ਦੀ ਗੱਲ ਕਰੋ ਤਾਂ ਅਸੀਂ ਗਾਰੰਟੀ ਕਰ ਸਕਦੇ ਹੁੰਦੇ ਨੇ ਕਿ ਐਮਬੈਸੀ ਜਾਓਗੇ ਇੱਕ ਅੱਖਰ ਤੁਹਾਡੇ ਕੋਲ ਆਊਟ ਆ ਸਿਲੇਬਸ ਨਹੀਂ ਪੁੱਛੇ ਹਰ ਸਵਾਲ ਪਤਾ ਹੋਊਗਾ ਹਰ ਜਵਾਬ ਪਤਾ ਹੋਊਗਾ ਇਨ ਵੀ ਸਿਲੇਬਸ ਬਿਲਕੁਲ ਸੋ ਨੂੰ ਅਸੀਂ ਫਰੇਮ ਕਰ ਲੈਨੇ ਇਹ ਕੋਈ ਜਾਦੂ ਨਹੀਂ ਹੈ ਬਿਕਾਜ਼ ਜਦੋਂ ਅਸੀਂ ਤੁਹਾਡੇ ਬਾਰੇ ਗੱਲ ਕਰਦੇ ਹਾਂ ਸਾਨੂੰ ਐਗਜ਼ੈਕਟਲੀ ਪਤਾ ਕਿ ਤੁਹਾਡੇ ਕੋਲੋਂ ਕੀ ਕੀ ਪੁੱਛਿਆ ਜਾ ਸਕਦਾ ਸੋ ਨੂੰ ਅਸੀਂ ਫਰੇਮ ਕਰ ਲਾਂਗੇ ਤੋਂ ਸਾਡੇ ਕੋਲ ਐਜ਼ ਅ ਸਬਜੈਕਟ ਇਹਦੀ ਸਾਡੇ ਕੋਲ ਕਹਿ ਲੋ ਕਿ ਨੌਲੇਜ ਆ ਸੋ ਸਾਡੇ ਕੋਲੇ ਥਿਊਰੀ ਆ ਗਈ ਕਿ ਤੁਹਾਡਾ ਵਕਤ ਤੋਂ ਬਾਅਦ ਵੀਜ਼ਾ ਆਫੀਸਰ ਦਾ ਦਾਇਰਾ ਕੀ ਹੋ ਸਕਦਾ ਬਿਕਾਜ਼ ਵੀਜ਼ਾ ਆਫੀਸਰ ਨੇ ਜਦੋਂ ਵੀਜ਼ਾ ਦੇਣਾ ਆ ਉਹਦੇ ਸੋਚਣ ਸਮਝਣ ਦਾ ਤਰੀਕਾ ਅਗਰ ਤੁਹਾਨੂੰ ਪਤਾ ਆ ਜੀ ਕਿ ਜਦੋਂ ਤੁਸੀਂ ਵੀਜ਼ਾ ਆਫੀਸਰ ਤੈਨੂੰ ਸਵਾਲ ਪੁੱਛ ਰਿਹਾ ਕੋਈ ਕੋਈ ਗੱਲਬਾਤ ਪੁੱਛ ਰਿਹਾ ਜਦੋਂ ਤੱਕ ਤੈਨੂੰ ਇਹ ਨਹੀਂ ਪਤਾ ਵੀ ਇਹ ਵਿੱਚੋਂ ਲੱਭਣਾ ਕੀ ਚਾਹੁੰਦਾ ਤਦ ਤੱਕ ਜਿਹੜੇ ਤੁਹਾਡੇ ਜਵਾਬ ਹੋਣਗੇ ਉਹ ਕੋਰੇ ਜਿਹੇ ਹੋਣਗੇ ਕੋਰੇ ਜਿਹੇ ਹੋਣ ਜਦੋਂ ਤੈਨੂੰ ਪਤਾ ਹੋਵੇ ਵੀ ਮੈਂ ਸਿੱਧ ਕੀ ਕਰਨਾ ਹੈ ਇੱਥੇ ਫਿਰ ਆਪਾਂ ਕੋਈ ਚੀਜ਼ ਨਹੀਂ ਰਹਿਣ ਦਿੰਦੇ ਜੀ ਸੋ ਅਸੀਂ ਕਿਸੇ ਨਾ ਕਿਤੇ ਜਿਹੜੀ ਉਹ ਪੋਜ਼ਿਟਿਵਿਟੀ এনवायरमेंट ਵਿੱਚ ਰੱਖ ਕੇ ਜਦੋਂ ਅਸੀਂ ਜਵਾਬ ਦਿੰਨੇ ਆ ਉਹ ਬਿਲਕੁਲ ਜਿਹਦਾ ਤਰੀਕਾ ਨੇ ਕਿ ਯੂ ਨੇਲਡ ਇਟ ਉਹ ਐਗਜ਼ੈਕਟਲੀ ਇਸ ਤਰੀਕੇ ਦੇ ਜਵਾਬ ਹੁੰਦੇ ਆ ਜੀ ਬਿਲਕੁਲ ਪਹਿਲਾ ਉਹ ਸਮਝ ਸਮਝਣੀ ਚਾਹੀਦੀ ਹੈ ਕਿਥੋਂ ਉਹ ਗੱਲ ਕਰ ਰਿਹਾ ਹੈ ਬਿਲਕੁਲ ਪੁੱਛਣਾ ਚਾਹੁੰਦਾ ਪਰ ਉਹ ਸਵਾਲ ਠੀਕ ਹੈ ਇਹ ਤੁਸੀਂ ਚਲੋ ਪੈਸੇ ਨੂੰ ਲੈ ਕੇ ਫਿਰ ਤੀਸਰੀ ਅਗਲੀ ਗੱਲ ਕਿਹੜੀ ਜਿਹੜੀ ਧਿਆਨ ਚ ਰੱਖਣੀ ਚਾਹੀਦੀ ਹੈ ਓਕੇ ਤੀਸਰਾ ਹੈਗਾ ਤੁਹਾਡਾ ਪਰਪਸ ਆਫ ਵਿਜ਼ਿਟ ਬਹੁਤ ਸਾਰੇ ਜਿਹੜੇ ਜਦੋਂ ਸਾਡੇ ਲੋਕ ਜਾਣਦੇ ਨੇ ਅਸੀਂ ਅਜੀਬ ਜਿਹੇ ਛੂਟੇ ਛੂਟੇ ਬਹਾਨੇ ਬਣਾਉਨੇ ਆ ਸੋ ਜੀ ਬੱਚੇ ਦੀ ਕਨਵੋਕੇਸ਼ਨ ਹੋਊਗੀ ਤਾਂ ਹੀ ਅਸੀਂ ਜਾ ਸਕਦੇ ਆ ਕੋਈ ਪਰਿਵਾਰ ਚ ਬਰਥਡੇ ਫੰਕਸ਼ਨ ਹੋਊਗਾ ਤਾਂ ਜਾ ਸਕਦੇ ਆ ਕਿਸ ਦਾ ਵਿਆਹ ਹੋਊਗਾ ਤਾਂ ਰਾਹਦਾਰੀ ਭੇਜ ਸਕਦੇ ਆ ਜੀ ਸੋ ਤੁਸੀਂ ਸੋਚੋ ਅਗਰ ਤੁਹਾਡਾ ਕੋਈ ਸਗਾ ਸਬੰਧੀ ਜਾਂ ਕੋਈ ਸੱਜਣ ਮਿੱਤਰ ਬਾਹਰ ਰਹਿੰਦਾ ਆ ਜਾਂ ਇੱਥੇ ਕਿਤੇ ਰਹਿੰਦਾ ਆ ਤੇਨੂੰ ਉਹਨੂੰ ਮਿਲਣ ਲਈ ਕੋਈ ਬਹਾਨਾ ਚਾਹੀਦਾ ਆ ਬਿਲਕੁਲ ਨਹੀਂ ਸੋ ਅਗਰ ਸਪੋਜ਼ ਕਰੋ ਤੁਸੀਂ ਵੀਜ਼ਾ ਆਫੀਸਰ ਨੂੰ ਦੱਸ ਰਹੇ ਹੋ ਜੀ ਮੇਰੇ ਕਿਸੇ ਫਲਾਣੇ ਦੂਰ ਦੇ ਰਿਸ਼ਤੇਦਾਰ ਦੇ ਬੱਚੇ ਦਾ ਬਰਥਡੇ ਆ ਮੈਂ ਉੱਥੇ ਚੱਲਿਆ ਜੀ ਤੇ ਵੀਜ਼ਾ ਆਫੀਸਰ ਤੁਹਾਨੂੰ ਇੱਕ ਸਵਾਲ ਕਰੂਗਾ ਅੱਛਾ ਤੇ ਪਿਛਲੇ ਬਰਥਡੇ ਤੇ ਗਏ ਸੀ अच्छा ਹੁਣ ਅਗਲੇ ਬਰਥਡੇ ਤੇ ਜਾਓਗੇ ਕੀ ਤੁਹਾਡੇ ਕੋਈ ਦਾ ਜਵਾਬ ਹੈਗਾ ਸੋ ਅਸੀਂ ਅਸੀਂ ਜਾਣ ਬੁੱਝ ਕੇ ਪੁੱਠੀਆਂ ਪੁੱਠੇ ਜਿਹੜੇ ਸਕੀਮਾਂ ਲਾਉਨੇ ਆ ਉਹ ਸਾਰੀਆਂ ਉਲਟੀਆਂ ਪੈਂਦੀਆਂ ਨੇ ਸਾਡੇ ਜਦੋਂ ਅਸੀਂ ਜ਼ਿਆਦਾ ਪ੍ਰੀਪੇਅਰ ਹੁੰਦੇ ਜਦੋਂ ਜ਼ਿਆਦਾ ਸਧਾਰਨ ਕੋ ਕਿ ਮੇਰਾ ਸੱਜਣ ਹੈ ਹਾਂ ਤੁਹਾਨੂੰ ਰਿਲੇਸ਼ਨਸ਼ਿਪ ਪ੍ਰੂਫ ਕਰਨੀ ਪਵੇਗੀ ਜੀ ਉਹ ਬਹੁਤ ਲਾਜ਼ਮੀ ਆ ਕਿ ਵੀਜ਼ਾ ਆਫੀਸਰ ਤੀਸਰੀ ਜਿਹੜੀ ਕੜੀ ਆ ਕਿ ਜਿੰਨੂੰ ਵੀ ਕਿਸੇ ਨੂੰ ਮਿਲਣ ਜਾ ਰਹੇ ਹੋ ਅਗਰ ਤੁਹਾਡੇ ਕੋਈ ਕਿਸੇ ਨੇ ਇਨਵੀਟੇਸ਼ਨ ਭੇਜੀ ਆ ਇਨਵੀਟੇਸ਼ਨ ਭੇਜਣ ਦਾ ਬਹੁਤ ਸਧਾਰਨ ਤਰੀਕਾ ਆ I134 ਫਾਰਮ ਹੈ I134 ਫਾਰਮ ਹੈ ਉਤੋਂ ਫਿਲ ਕਰਕੇ ਕੋਈ ਭੇਜ ਦੇਗਾ ਉਹ ਆਪਣੇ ਆਪ ਚ ਸੰਪੂਰਨ ਹੈ ਉਹਨੂੰ ਕੋਈ ਵਕੀਲ ਲੀਗਲਾਈਜ਼ੇਸ਼ਨ ਅਟੈਸਟੇਸ਼ਨ ਤੱਕ ਦੀ ਲੋੜ ਨਹੀਂ ਉਹ ਲੋੜ ਦੀ ਹੈਗੀ ਓਕੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਚਲੋ ਇਹ ਤਾਂ ਸੀਗਾ ਵੀ ਤੁਹਾਡਾ ਕੋਈ ਉਹਦੇ ਨਾਲ ਖੂਨ ਦਾ ਰਿਸ਼ਤਾ ਹੋਵੇ ਇਹ ਜ਼ਰੂਰੀ ਨਹੀਂ ਕਿ ਖੂਨ ਦਾ ਰਿਸ਼ਤਾ ਕੋਈ ਦੋਸਤ ਮਿੱਤਰ ਕੋਈ ਵੀ ਸੱਜਣ ਮਿੱਤਰ ਜਿਹਦੇ ਨਾਲ ਤੁਹਾਡੀ ਬੌਂਡੇ ਜਾ ਤੁਹਾਡਾ ਕੋਈ ਬਚਪਨ ਦਾ ਮਿੱਤਰ ਆ ਜਿਹਦੇ ਨਾਲ ਤੁਸੀਂ ਇਕੱਠੇ ਖੇਡਦੇ ਪੜ੍ਹਦੇ ਰਹੇ ਇਹ ਆਪਣੇ ਆਪ ਚ ਮਤਲਬ ਸੱਜਿਆ ਵਰਗਾ ਰਿਲੇਸ਼ਨਸ਼ਿਪ ਆ ਬਿਲਕੁਲ ਹੁਣ ਇਹਨਾਂ ਨੂੰ ਤੁਸੀਂ ਤਰਜੀਹ ਕਿ ਨਹੀਂ ਦਿੰਦੇ ਹੋ ਹੁਣ ਜਦੋਂ ਤੁਸੀਂ ਰਿਸ਼ਤੇ ਦੀ ਗੱਲਬਾਤ ਕਰਦੇ ਹੋ ਕਿ ਮੇਰਾ ਕੋਈ ਸੱਜਣ ਹੈ ਰਿਸ਼ਤੇਦਾਰ ਹੈ ਜਾਂ ਮੇਰਾ ਕੋਈ ਨੋਨ ਹੈ ਵੀਜ਼ਾ ਆਫੀਸਰ ਦਾ ਜਿਹੜਾ ਦੂਸਰਾ ਦਿਮਾਗ ਚੱਲ ਰਿਹਾ ਉਹ ਇਹ ਚੱਲ ਰਿਹਾ ਕਿ ਇਹ ਰਿਸ਼ਤਾ ਕੀ ਇੰਨਾ ਮਜ਼ਬੂਤ ਹੈਗਾ ਵੀ ਇਹਦੇ ਪਿੱਛੇ 2.5 ਲੱਖ ਰੁਪਏ ਬੰਦਾ ਟ੍ਰਿਪ ਤੇ ਖਰਚ ਸਕੇ ਜੀ ਸੋ ਫਿਰ ਉਹ ਸਾਨੂੰ ਸਿੱਧ ਕਰਨਾ ਪਏਗਾ ਸੋ ਤੁਹਾਡੇ ਦੱਸਣ ਦਾ ਤਰੀਕਾ ਤੇ ਉਹਦੇ ਪੁੱਛਣ ਦਾ ਤਰੀਕਾ ਇਹ ਅਲੱਗ-ਅਲੱਗ ਨੇ ਅਲੱਗ-ਅਲੱਗ ਸੋ ਸਾਨੂੰ ਉਥੇ ਰਿਲੇਸ਼ਨਸ਼ਿਪ ਸਿੱਧ ਕਰਨੀ ਪਏਗੀ ਔਰ ਦੂਸਰੀ ਗੱਲ ਹੈ ਕਿ ਅਗਰ ਤੁਹਾਡੇ ਕੋ ਕੋਈ ਇਨਵੀਟੇਸ਼ਨ ਨਹੀਂ ਹੈਗੀ ਜੀ ਯੂਐਸਏ ਤਾਮੀ ਸਭ ਤੋਂ ਵੱਧ ਵੀਜ਼ਾ ਦਿੰਦਾ ਹੈ ਜ ਜਦੋਂ ਅਸੀਂ ਟੂਰਿਜ਼ਮ ਦੀ ਗੱਲ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਜਿਹਨੂੰ ਟੂਰਿਜ਼ਮ ਦੀ ਨਬਜ ਦੀ ਸਮਝ ਆਈ ਹੈ ਉਹ ਅਮਰੀਕਾ ਵਰਗੇ ਮੁਲਕੀ ਨੇ ਸੋ ਬਾਕੀ ਲੋਕਾਂ ਨੂੰ ਬਹੁਤ ਬਾਅਦ ਜਾ ਕੇ ਸਮਝੇ ਲੱਗੀ ਕਿ ਟੂਰਿਜ਼ਮ ਨਾਮ ਦੀ ਇੱਕ ਸ਼ਾਇ ਹੈਗੀ ਹੈ ਜਿੱਦੇ ਤੋਂ ਪੈਸਾ ਬਣਦਾ ਹੈ ਸੋ ਜਿਹੜਾ ਚੌਥਾ ਰੀਜ਼ਨ ਹੈ ਉਹ ਇਹ ਹੈ ਕਿ ਤੁਹਾਡੇ ਕੋਲ ਜਿਹੜਾ ਪਰਪਸ ਆਫ ਟ੍ਰਿਪ ਆ ਜਾਣ ਦਾ ਕਾਰਨ ਉਹ ਤੁਹਾਡਾ ਡਿਫਾਈਨਡ ਹੋਵੇ ਉਹ ਤੁਹਾਨੂੰ ਪਤਾ ਹੋਵੇ ਐਗਜ਼ੈਕਟਲੀ ਬਿਕਾਉਸ ਬਹੁਤ ਸਾਰੇ ਸਾਡੇ ਲੋਕ ਜਾ ਕੇ ਜਵਾਬ ਦਿੰਦੇ ਨੇ ਜੀ ਉੱਥੇ ਕੀ ਕਰਨਾ ਇਹ ਜਾ ਕੇ ਦੇਖਾਂਗੇ ਜੀ ਜੀ ਉੱਥੇ ਕੌਣ ਹੈ ਜੀ ਇਹ ਤਾਂ ਜਾ ਕੇ ਪਤਾ ਲੱਗੂਗਾ ਜੀ ਸੋ ਇਹਨੂੰ ਤੁਸੀਂ ਅੰਦਾਜ਼ੇ ਨਾਲ ਨਹੀਂ ਗੱਲ ਕਰ ਸਕਦੇ ਬਿਕਾਜ਼ ਤੁਸੀਂ ਕਾਫੀ ਪੈਸੇ ਸਪੈਂਡ ਕਰ ਰਹੇ ਹੋ ਜੀ ਜਿਹਦਾ ਕੋਈ ਨਾ ਕੋਈ ਰੂਪ ਦਿਖਣਾ ਚਾਹੀਦਾ ਸੋ ਅਗਰ ਤੁਸੀਂ ਹੌਲੀਡੇਸ ਤੇ ਜਾ ਰਹੇ ਹੋ ਤੁਸੀਂ ਉਹਦੇ ਚ ਆਪਣੀ ਲਾਈਕ ਜਿਹਨੂੰ ਤੁਸੀਂ ਕਹਿੰਦੇ ਇੰਟੈਂਟ ਦਿਖਾਉਣੀ ਆ ਤੁਸੀਂ ਇਹ ਦਿਖਾਉਣਾ ਹੈ ਕਿ ਮੈਂ ਉੱਥੇ ਮੇਰੇ ਕੋਲ ਆਈਟਨਰੀ ਹੈਗੀ ਮੈਂ ਕਿਤੇ ਘੁੰਮਣ ਜਾ ਰਿਹਾ ਹਾਂ ਮੇਰੇ ਕੋਲ ਕੋਈ ਹੋਟਲ ਦੀ ਰਿਜ਼ਰਵੇਸ਼ਨ ਹੈਗੀ ਸਪੋਜ਼ ਕਰੋ ਮੈਂ ਡਿਜ਼ਨੀ ਲੈਂਡ ਜਾ ਰਿਹਾ ਮੇਰੇ ਕੋਲ ਕੋ ਡਿਜ਼ਨੀ ਲੈਂਡ ਦੀ ਟਿਕਟ ਹੈਗੀ ਸੋ ਤੁਹਾਡੇ ਕੋਲ ਉਹਦੇ ਰੈਲੇਵੈਂਟ ਟੂਰ ਜਾਂ ਤੁਹਾਡੇ ਕੋਲ ਕੋਈ ਨਾ ਕੋਈ ਕਮਿਟਮੈਂਟ ਦਿਖਾਉਣੀ ਜ਼ਰੂਰੀ ਹੈ ਕਿ ਮੈਂ ਮੇਰਾ ਪਲਾਨ ਬਿਲਕੁਲ ਜਿਹਨੂੰ ਕਹਿੰਦੇ ਕਿ ਕੰਕਰੀਟ ਹੈ ਅੱਛਾ ਮੇਰੀ ਗੱਲ ਸੁਣੋ ਜਦੋਂ ਆਪਾਂ ਆਪਾਂ ਹਲੇ ਵੀਜ਼ਾ ਮਿਲਿਆ ਨਹੀਂ ਅਸੀਂ ਹੋਟਲ ਕਿੱਦਾਂ ਬੁੱਕ ਕਰ ਲਈਏ ਇਹ ਤਾਂ ਅਨਸ਼ੋਰ ਜੀ ਗੱਲ ਆ ਕਿ ਹਲੇ ਜਿਦਾ ਕਹ ਲਓ ਕਿ ਮੁੰਡਾ ਜੰਮਿਆ ਨਹੀਂ ਤੇ ਅਸੀਂ ਰੋਡੀਆਂ ਕਿਵੇਂ ਵੰਡ ਦੀਏ ਨਹੀਂ ਇਦਾਂ ਤਾਂ ਵੀ ਕੁਝ ਨਹੀਂ ਹੁੰਦਾ ਕਿ ਉਹ ਕਹਿੰਦੇ ਕਿ ਤੁਸੀਂ ਕਿਵੇਂ ਵੰਡ ਕਹ ਲੈ ਹਲੇ ਤੁਸੀਂ ਤਾਂ ਨਹੀਂ ਐਗਜੈਕਟਲੀ ਇਹ ਬਿਲਕੁਲ ਗਲਤ ਹੈ ਬਿਕੋਜ਼ ਅਸਲ 'ਚ ਤੁਸੀਂ ਜਦੋਂ ਵੀ ਕਿਸੇ ਮੁਲਕ ਜਾਣਾ ਹੈ ਸੋ ਜਦੋਂ ਵੀ ਤੁਸੀਂ ਵੀਜ਼ਾ ਆਫੀਸਰ ਦੇ ਕੋਲ ਜਾਂਦੇ ਹੋ ਤੁਹਾਨੂੰ ਇੱਕ ਆਪਣਾ ਪੁਆਇੰਟ ਆਫ ਕੰਟੈਕਟ ਦੱਸਣਾ ਹੁੰਦਾ ਕਿ ਮੈਂ ਕਿੱਥੇ ਹੋਊਂਗਾ ਕਿੱਥੇ ਹੋਊਂਗਾ ਬਿਕਾਜ਼ ਕੱਲ ਨੂੰ ਤੁਸੀਂ ਉੱਥੇ ਗਏ ਤੁਹਾਡਾ ਕਿਸੇ ਨੂੰ ਪਤਾ ਹੀ ਨਹੀਂ ਪਿੱਛੋਂ ਕਿਤੇ ਤੁਹਾਡੇ ਨਾਲ ਕੋਈ ਪ੍ਰੋਬਲਮ ਹੋਈ ਸੋ ਤੁਹਾਨੂੰ ਆਇਡੈਂਟੀਫਾਈ ਕਰਨਾ ਤੁਹਾਨੂੰ ਲੋਕੇਟ ਕਰਨਾ ਕੋਈ ਤੁਹਾਡੇ ਕੋਈ ਮਤਲਬ ਥੋ ਪਤਾ ਹੋਏਗਾ ਹੀ ਨਹੀਂ ਤਾਂ ਉਹ ਸਭ ਤੋਂ ਮੁਸ਼ਕਲ ਹੈ ਸੋ ਇਸੇ ਕਰਕੇ ਇਮੀਗ੍ਰੇਸ਼ਨ ਦਾ ਮੁੱਢ ਕੇ ਕੰਮ ਸ਼ੁਰੂ ਹੁੰਦਾ ਜੀ ਇਮੀਗ੍ਰੇਸ਼ਨ ਨੇ ਵੀ ਇਹੀ ਚੀਜ਼ਾਂ ਵੇਖਣੀਆਂ ਹੁੰਦੀਆਂ ਜੋ ਵੀਜ਼ਾ ਆਫੀਸਰ ਅੱਜ ਵੇਖ ਰਿਆ। ਜੇ ਤੁਹਾਨੂੰ ਇੱਥੋਂ ਰਿਜ਼ਰਵੇਸ਼ਨ ਕਰਾ ਕੇ ਜਾਣੀ ਪੈਂਦੀ ਹੈ ਤੁਹਾਡੇ ਕੋਲ ਤੁਹਾਡੇ ਕੋਲ ਉੱਥੇ ਕਨਫਰਮੇਸ਼ਨ ਜ਼ਰੂਰ ਹੋਵੇ ਕਿ ਤੁਸੀਂ ਕਿੱਥੇ ਰੁਕ ਰਹੇ ਹੋ, ਕੀ ਕਰ ਰਹੇ ਹੋ ਔਰ ਜਦੋਂ ਤੁਸੀਂ ਇਹਨਾਂ ਤੁਹਾਡੀ ਉਹ ਹੀ ਕਮਿਟਮੈਂਟ ਸ਼ੋ ਹੋ ਰਹੀ ਹੈ ਜੋ ਤੁਸੀਂ ਆਪਣਾ ਟੂਰ ਬਾਈ ਕਰ ਰਹੇ ਹੋ, ਜਦੋਂ ਤੁਸੀਂ ਦਿਖ ਰਿਹਾ ਕਿ ਯੈਸ ਮੈਂ ਇਸ ਚੀਜ਼ ਦੇ ਉੱਪਰ ਪੈਸਾ ਸਪੈਂਡ ਕਰ ਰਿਹਾ ਜਾਂ ਕਰਾਂਗਾ। ਹਾਂ ਉਹ ਤੁਹਾਡੀ ਇੱਥੇ ਬਾਈ ਕਰਨ ਵਾਲੀ ਚੀਜ਼ ਇਦਾਂ ਹੋਏਗੀ ਕਿ ਤੁਸੀਂ ਪੈਸੇ ਬਾਅਦ ਚ ਦੇ ਰਹੇ ਹੋ। ਜੀ। ਸੋ ਤੁਸੀਂ ਜਦੋਂ ਵੀ ਕੋਈ ਟੂਰ ਬਾਈ ਕਰ ਰਹੇ ਹੋ ਤੁਸੀਂ 100 ਸੋ ਮੋਸਟ ਆਫ ਦਾ ਪੈਸਾ ਤੁਹਾਡਾ ਜਦੋਂ ਟੂਰ ਤੁਸੀਂ ਐਕਚੁਅਲੀ ਲੈਂਦੇ ਹੋ ਉਦੋਂ ਦੀ ਗੱਲ ਹੀ ਆ ਬਟ ਫਿਰ ਵੀ ਤੁਹਾਨੂੰ ਇਹ ਜਦ ਤੱਕ ਆਪਣੀ ਕਮਿਟਮੈਂਟ ਨਹੀਂ ਸ਼ੋ ਕਰੋਂਗੇ ਤੁਹਾਡਾ ਪਰਪਸ ਆਫ ਟਰੈਵਲ ਨਹੀਂ ਸ਼ੋ ਕਰੋਗੇ ਵੀਜ਼ਾ ਲੈਣਾ ਬਹੁਤ ਮੁਸ਼ਕਲ ਹੈ ਸੋ ਸਟੂਡੈਂਟਸ ਨੂੰ ਆਪਣੀ ਯੂਨੀਵਰਸਿਟੀ ਯੂਨੀਵਰਸਿਟੀ ਦਾ ਐਡਰੈਸ ਰੁਕਣਾ ਕਿੱਥੇ ਉਹ ਦੱਸਣਾ ਪੈਂਦਾ ਹੈ ਅਗਰ ਤੁਹਾਡੇ ਕੋਲ ਸਪான்ਸਰ ਹੈ ਤੇਨੂੰ ਉਹਦਾ ਫੋਨ ਨੰਬਰ ਐਡਰੈਸ ਕੰਟੈਕਟ ਸਭ ਦੱਸਣੇ ਪੈਂਦੇ ਆ ਸੋ ਇਸੇ ਤਰ੍ਹਾਂ ਅਗਰ ਤੁਸੀਂ ਟੂਰਿਜ਼ਮ ਲਈ ਜਾ ਰਹੇ ਹੋ ਹੌਲੀਡੇ ਲਈ ਜਾ ਰਹੇ ਹੋ ਤੈਨੂੰ ਆਪਣੇ ਹੋਟਲਸ ਰਿਜ਼ਰਵੇਸ਼ਨ ਕਿੱਥੇ ਰੁਕੋਗੇ ਉਹ ਸਾਰਾ ਕੁ ਜੋ ਤੁਹਾਡੀ ਗੱਲ ਕਹੀ ਉਹ ਵੀ درست ਹੈ ਉਹਦੇ ਅਕੋਰਡਿੰਗ ਵੀ ਉਹ ਇਤਫਾਕ ਰੱਖਦੀ ਹੈ ਕਿ ਤੁਸੀਂ ਆਪਣੀਆਂ 에ਅਰ ਟਿਕਟਸ ਜੀ ਉਹ ਪਹਿਲਾਂ ਬਾਏ ਮਤ ਕਰੋ ਜੀ ਸੋ ਤੁਸੀਂ ਆਪਣੀਆਂ ਇੰਸ਼ੋਰੈਂਸ ਜਿਹੜੀਆਂ ਅਸੀਂ ਓਵਰਸੀਜ਼ ਇੰਸ਼ੋਰੈਂਸਸ ਆ ਜੋ ਕਿ ਯੂਰਪ ਦੇ ਵਿੱਚ ਇਸ ਨੂੰ ਉਲਟੇ ਚੱਲਦਾ ਹੈ ਕਿ ਯੂਰਪ ਚ ਤੈਨੂੰ ਵੀ ਪਹਿਲਾਂ ਬਾਇ ਕਰਨੀਆਂ ਪੈਂਦੀਆਂ ਅੱਛਾ ਨਹੀਂ ਤੁਸੀਂ ਡਿਜ਼ਨੀ ਲੈਂਡ ਦੀ ਗੱਲ ਕੀਤੀ ਸੀ ਮੈਂ ਤਾਂ ਇਹ ਗੱਲ ਪੁੱਛ ਰਿਹਾ ਸੀ ਕਿ ਡਿਜ਼ਨੀ ਲੈਂਡ ਬੰਦੇ ਦਾ ਨਹੀਂ ਅਗਰ ਤੁਹਾਡੇ ਬੱਚੇ ਨਾਲ ਜਾ ਰਹੇ ਤੁਸੀਂ ਉਹਦੀ ਸ਼ੋਅ ਕਰ ਰਹੇ ਹੋ ਕਿ ਅਸੀਂ ਜਾ ਰਹੇ ਹਾਂ ਤੇ ਡਿਜ਼ਨੀ ਲੈਂਡ ਦੀ ਜਿਹੜੀ ਲਾਈਕ ਕੋਈ ਸਸਤੀ ਬਹੁਤ ਮਹਿੰਗੀ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਤੁਸੀਂ ਉਹਦੀ ਟਿਕਟ ਦਿਖਾ ਰਹੇ ਹੋ ਕਿ ਮੈਂ ਉੱਥੇ ਉਸ ਦਿਨ ਜਾਵਾਂਗਾ ਤੇ ਤੁਹਾਡੀ ਕਮਿਟਮੈਂਟ ਸ਼ੋ ਹੋ ਰਹੀ ਆ ਜੀ ਸੋ ਇਹ ਐਡੀਸ਼ਨਲ ਫੈਕਟਰ ਆ ਜਿਹੜੇ ਤੁਹਾਡੇ ਵੀਜ਼ਾ ਨੂੰ ਲੈਣ ਚ ਸਹਾਇਕ ਹੋ ਸਕਦੇ ਆ ਤੁਹਾਡੇ ਕੇਸ ਨੂੰ ਮਜ਼ਬੂਤ ਕਰ ਰਹੇ ਬਿਲਕੁਲ ਸੋ ਸਾਡੇ ਕੋਲ 4. ਟੋਟ ਜਿਹੜੇ ਆਲਰੇਡੀ ਸੱਜਣਾ ਕੋਲ ਵੀਜ਼ਾ ਆ ਜਾਂਦਾ ਆ ਜੀ ਸੋ ਜਿੱਦਾਂ ਮੈਂ ਦੱਸਿਆ ਸੀਗਾ ਕਿ ਜਦੋਂ ਤੁਸੀਂ ਟਰੈਵਲ ਕਰਨਾ ਆ ਜੀ ਇਹ ਉਦੋਂ ਵੀ ਬਹੁਤ ਇੰਪੋਰਟੈਂਟ ਆ ਕਿ ਜਿੰਨੂੰ ਅਸੀਂ ਪਹਿਲਾਂ ਤਾਂ ਆ ਗਿਆ ਤੁਹਾਡੇ ਕੋਲ ਵੀਜ਼ਾ ਆਫੀਸਰ ਸੈਕੰਡ ਹੈਗਾ ਤੁਹਾਡੇ ਕੋਲ ਐਂਟਰੀ ਕਲੀਅਰੈਂਸ ਆਫੀਸਰ ਜਾਂ ਇਮੀਗ੍ਰੇਸ਼ਨ ਆਫੀਸਰ ਜੀ ਸੋ ਇਮੀਗ੍ਰੇਸ਼ਨ ਆਫੀਸਰ ਦਾ ਵੀ ਓਨਾ ਹੀ ਕੰਮ ਆ ਜਿੰਨਾ ਵੀਜ਼ਾ ਗ੍ਰਾਂਟ ਆਫੀਸਰ ਦਾ ਆ ਕਈ ਨੀ ਤવાર ਕਿ ਮੈਂ ਸੁਣਿਆ ਕਿ ਉੱਥੋਂ ਮੋੜ ਦਿੱਤਾ ਗਿਆ ਐਗਜ਼ੈਕਟਲੀ ਉਹ ਮੋੜਨ ਵਾਲੇ ਕਾਰਨ ਕੀ ਨੇ ਕਿ ਬਹੁਤ ਸਾਰੇ ਲੋਕ ਜਾਂਦੇ ਨੇ ਇੱਥੋਂ ਔਰ ਤੁਸੀਂ ਇੱਥੋਂ ਲਾਈਕ ਆਪਣਾ ਬੋਰਡਿੰਗ ਕੀਤੀ ਆ ਜਾਂ ਤੁਸੀਂ ਆਪਣੇ ਜਹਾਜ਼ ਬੈਠੇ ਉਸ ਤੋਂ ਪਹਿਲਾਂ ਤੁਸੀਂ ਜਿੱਦਣ ਵੀਜ਼ਾ ਆ ਤੁਸੀਂ ਸਾਰੇ ਅਮਰੀਕਾ ਦੇ ਕੰਟੈਕਟ ਕਢਾ ਕਮਾਤੇ ਵੀਰੇ ਕੰਮ ਹੈਗਾ ਵੀਰੇ ਕਿੱਥੇ ਆਵਾਂ ਮੈਂ ਵੀਰੇ ਕਿਹੜੀ ਤਨਖਾਹ ਮਿਲੂ ਕਿੱਥੇ ਕੰਮ ਹੋਊਗਾ ਸੋ ਤੁਸੀਂ ਅੰਬੈਸੀ ਨੂੰ ਡਿਕਲੇਅਰ ਕੀਤਾ ਸੀ ਕਿ ਤੁਸੀਂ ਹੌਲੀਡੇ ਲਈ ਜਾ ਰਹੇ ਹੋ ਤੁਹਾਡੇ ਉੱਥੇ ਕੋਈ ਕੰਟੈਕਟ ਹੈ ਨਹੀਂ ਬਟ ਤੁਹਾਡਾ ਇਮੀਗ੍ਰੇਸ਼ਨ ਤੁਹਾਡੇ ਕੋਲ ਫੋਨ ਮੰਗਦਾ ਔਰ ਉਹਦੇ 'ਚ ਤੁਹਾਡਾ 500 ਕੰਟੈਕਟ ਨਿਕਲਦਾ ਹੈ ਅਮਰੀਕਾ ਦਾ ਅਮਰੀਕਾ ਦਾ ਸੋ ਇਹ ਵੀ ਉਲਟਾ ਜਾਂਦਾ ਹੈ ਸੋ ਜਦੋਂ ਵੀ ਤੁਸੀਂ ਜਾਣਾ ਹੈ ਮਤਲਬ ਇਦਾਂ ਸਮਝੋ ਕਿ ਤੁਸੀਂ ਆਪਣੇ ਫੋਨਸ ਨੂੰ ਫਾਰਮੈਟ ਕਰ ਲਓ ਤੁਸੀਂ ਜਿੱਦਾਂ ਆਪਾਂ ਕੰਪਨੀ ਰੀਸਟੋਰ ਕਰੀਦਾ ਨਾ ਸ਼ੁਰੂ ਤੋਂ ਬਿਲਕੁਲ ਫਾਰਮੈਟਿੰਗ ਕਰਕੇ ਜਾਓ ਕਿ ਤੁਹਾਡਾ ਉਹਦੇ ਵਿੱਚ ਕੋਈ ਵੀ ਅਸੀਂ ਕਮਿਊਨੀਕੇਸ਼ਨ ਕਿਸੇ ਨੂੰ ਦਿ세 ਨਾ ਬਿਕੋਜ਼ ਔਰ ਦੂਸਰਾ ਮੁਰੰਦਾ ਕਾਰਨ ਕੀ ਹੁੰਦਾ ਹੈ ਕਿ ਜਦੋਂ ਅਸੀਂ ਵੀਜ਼ਾ ਮੰਗਦੇ ਹਾਂ ਜੀ ਅਸੀਂ ਵੀਜ਼ਾ ਮੰਗਦੇ ਹਮੇਸ਼ਾ ਇੱਕ ਵੀਕ 2 ਵੀਕ ਮਹੀਨਾ ਬਟ ਜਦੋਂ ਤੁਸੀਂ ਸਭ ਦੇ ਟਰੈਵਲ ਹਿਸਟਰੀ ਵੇਖੋਗੇ ਪੂਰੇ 6 ਮਹੀਨੇ 2 ਦਿਨ ਪਹਿਲਾਂ ਵਾਪਸੀ ਆ ਫਿਰ ਅਗਲੀ ਵਰੀ ਪੂਰੇ 6 ਮਹੀਨੇ 4 ਦਿਨ ਪਹਿਲਾਂ ਵਾਪਸੀ ਆ ਸੋ ਜਦੋਂ 3rd ਦੂਜੀ ਤੀਜੀ ਵਰੀ ਜਦੋਂ ਐਪਲੀਕੈਂਟ ਜਾਏਗਾ ਉਹਨੂੰ ਵੀਜ਼ਾ ਆਫੀਸਰ ਐਂਡ ਇਮੀਗ੍ਰੇਸ਼ਨ ਆਫੀਸਰ ਐਂਟਰੀ ਨਹੀਂ ਦੇਵੇਗਾ ਸੋ ਮੇਰੇ ਫਿਰ ਉਹ ਆਪਣਾ ਤੁਸੀਂ ਰਿਕਾਰਡ ਖਰਾਬ ਕਰ ਲਿਆ ਐਗਜੈਕਟਲੀ ਸੋ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਇਹ ਅਖੀਰਲਾ ਵੀਜ਼ਾ ਆ ਬਹੁਤ ਸਾਰੇ ਲੋਕ ਜਦੋਂ ਬਾਹਰ ਜਾਂਦੇ ਨੇ ਨਾ ਉਹ ਕਈ ਵਾਰੀ ਕਹਿੰਦੇ ਜੀ ਸਾਡੇ ਕੋਲ ਪੈਸੇ ਘਟਾ ਕਿਸੇ ਛੋਟੇ ਮੁਲਕਾਂ ਚ ਲੰਘਾਂਗੇ ਬਾਅਦ ਚ ਗਾਂ ਨਿਕਲ ਜਾਗੇ ਇਕ ਗਾਂ ਨਿਕਲ ਜਾਂ ਕਿ ਗਾਂ ਕੀ ਆ ਗਾਂ ਅਮਰੀਕਾ ਆ ਅਮਰੀਕਾ ਸੋ ਇਹ ਮੱਕਿਓ ਜਿਦਾਂ ਕਹਿੰਦੇ ਨੇ ਵਖੀਰਲਾ ਮੱਕਾ ਆ ਇਤੋਂ ਗਾਂ ਉਜਾੜ ਆ ਇਹ ਅਖੀਰਲਾ ਮੁਲਕ ਆ ਦੁਨੀਆ ਦਾ ਸੋ ਵੀਜ਼ਾ ਦੀ ਦੁਨੀਆ ਚ ਵੀ ਇਸੇ ਤਰੀਕੇ ਨਾਲ ਆ ਅਰਵਿੰਦਰ ਜੀ ਇਹ ਤੇ ਗੱਲ ਸੀ ਕਿ ਚਲੋ ਵੀਜ਼ਾ ਮਿਲ ਗਿਆ ਤੁਹਾਨੂੰ ਇਹ ਪੂਰੇ ਪ੍ਰੋਸੈਸ ਦੇ ਵਿੱਚ ਕਿੰਨਾ ਖਰਚਾ ਆਉਦਾ ਆ ਤੁਹਾਡੀ ਜਿਹੜੀ ਐਮਬੈਸੀ ਦੀ ਫੀਸ ਆ B1 B2 ਦੀ 160 ਡਾਲਰ ਆ ਔਰ ਉਹ ਤੁਹਾਨੂੰ ਪੇ ਕਰਨੀ ਪੈਂਦੀ ਸਭ ਤੋਂ ਪਹਿਲਾ ਸਟੈਪ ਇਹ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਐਮਬੈਸੀ ਦੀ ਅਪਾਇੰਟਮੈਂਟਸ ਮਿਲਦੀਆਂ ਨੇ ਜੀ ਔਰ ਅਸਲ ਪਰ ਐਪਲੀਕੈਂਟ ਕਾਸਟ ਇਹੀ ਹੁੰਦੀ ਆ ਜੀ ਅਗਰ ਤੁਹਾਡੇ ਕੋ ਇਨਵੀਟੇਸ਼ਨ ਆ ਗਈ ਹਾਂ ਤੁਸੀਂ ਕਿਸੇ ਨੂੰ ਕੰਸਲਟੇਸ਼ਨ ਦਾ ਥੋੜੇ ਬਹੁਤ ਜੜੇ ਦਾ 15000 ਰੁਪਏ ਕੋਈ ਹੋਏਗਾ ਉਹ ਐਡੀਸ਼ਨਲ ਦੇ ਸਕਦੇ ਹੋ ਅਦਰਵਾਈਜ਼ ਖੁਦ ਕਰ ਰਹੇ ਹੋ ਤਾਂ ਤੁਹਾਡੇ ਕੋ ਇਹੀ ਕਾਸਟ ਆ 160 160 ਡਾਲਰ ਪਰ ਅਪਲੀਕੇਸ਼ਨ ਆ ਸੋ ਅਗਰ ਬੱਚੇ ਨਾਲ ਜਾ ਰਹੇ ਨੇ ਵਾਈਫ ਜਾ ਰਹੀ ਆ ਸੋ ਜਿੰਨੇ ਐਪਲੀਕੈਂਟਸ ਹੋਣਗੇ ਉਹਨੇ ਨਾਲ ਇਹਨੂੰ ਗੁਣਾ ਹੋ ਜੇਗੀ ਰਾਈਟ ਔਰ ਵੀਜ਼ਾ ਦੀ ਦੁਨੀਆ ਬਿਲਕੁਲ ਸਭ ਤੋਂ ਸੌਖੀ ਆ ਬਹੁਤ سارے ਲੋਕ ਪੁੱਠੇਸ ਦੇ ਤਰੀਕਿਆਂ ਨਾਲ ਜਾਂਦੇ ਆ ਜਾਨਾ ਗਵਾਉਂਦੇ ਆ ਸੋ ਸਾਡੀ ਇਹੀ ਗੁਜ਼ਾਰਿਸ਼ ਆ ਕਿ ਇਹ ਬਹੁਤ ਸੌਖੇ ਢੰਗ ਨਾਲ ਮਿਲਦੇ ਆ ਅੰਬੈਸੀ ਜਾ ਕੇ ਟੱਕਰ ਤੇ ਮਾਰੋ ਜੀ ਸੋ ਅੰਬੈਸੀ ਦਾ ਕੁੰਡਾ ਖੜਕਾਵਾਂਗੇ ਮੈਂ ਤੁਹਾਨੂੰ ਅੰਕੜੇ ਦੱਸ ਰਿਹਾ ਕਿ ਸਭ ਤੋਂ ਵੱਧ ਵੀਜ਼ਾਸ ਗ੍ਰਾਂਟ ਕਰਨ ਵਾਲਾ ਮੁਲਕ ਆ ਜੀ ਸੋ ਪਰ সুইমিং ਤੈਨੂੰ ਡਾਈਵ ਕਰਕੇ ਆਉਗੀ ਬਿਲਕੁਲ ਸੋ ਪਾਣੀ 'ਚ ਛਾਲ ਮਾਰਾਂਗੇ ਤਾਂ ਤਰਨ ਦਾ ਸੋਚਾਂਗੇ ਸੋ ਅੰਬੈਸੀ ਜਾਵਾਂਗੇ ਵੀਜ਼ੇ ਬਾਰੇ ਤਾਂ ਹੀ ਸੋਚ ਸਕਦੇ ਆ ਫਰਮ ਸਕਦੇ ਆ ਇਹ ਸੀ ਗੱਲ ਜਿਹੜੀ ਅਰਵਿੰਦਪਾਲ ਸਿੰਘ ਹੋਣਾ ਨੇ ਬਹੁਤ ਸਟਿੱਕ ਕੀਤੀ ਕਿ ਜੇ ਤੁਸੀਂ ਵੀਜ਼ਾ ਲੈਣਾ ਹੈ ਤੇ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕੀ ਅਮਰੀਕਾ ਕੀ ਦੇਖ ਰਿਹਾ ਹੈ ਕਿਉਂ ਤੁਹਾਨੂੰ ਸੱਦੇ ਅਮਰੀਕਾ ਦਾ ਕੀ ਲਾਭ ਹੋਏਗਾ ਇਹਦੇ ਵਿੱਚ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਲਾਹੇਵੰਦ ਹੋਵੇਗੀ ਅਰਵਿੰਦਰ ਜੀ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਫਖਰੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ